ਰਿਕਾਰਡਾਂ ਦਾ ਕੋਈ ਪਤਾ ਨਹੀਂ ਜੀ, ਅਣਗਿਣਤੀ ਆ ਰਿਕਾਰਡ, ਕੋਈ ਹਜ਼ਾਰਾਂ ਦੇ ਹਿਸਾਬ ਨਾਲ ਹੀ ਰਿਕਾਰਡ ਪਏ ਜੀ ਮੇਰੇ ਕੋਲੇ। ਕੀ ਬਾਤ ਹੈ, ਜਿਹੜੇ ਤਵੇ ਆ ਤਵੇ ਕਿੱਥੇ ਦੇ ਲੈ ਕੇ ਆਏ, ਕਿੱਥੇ ਦੇ ਇਕੱਠੇ? ਇਹ ਮੈਂ ਬਹੁਤ ਦੂਰੋਂ ਦੂਰੋਂ ਜੀ, ਦਿੱਲੀ ਕੋਲਕਾਤਾ ਆਪਣੇ ਪੰਜਾਬ ਦਾ ਕੋਈ ਇਲਾਕਾ ਛੱਡਿਆ ਨਹੀਂ ਜੀ। ਇਹ ਰੇਡੀਓ ਜੀ 125 ਸਾਲ ਪੁਰਾਣਾ ਜੀ, ਇਹ ਫਿਲਿਪਸ ਕੰਪਨੀ ਅਤੇ HMB ਕੰਪਨੀ, HMB ਲਾਹੌਰ ਵਿੱਚ ਹੁੰਦੀ ਸੀ ਪਹਿਲਾਂ ਜੀ। ਇਹ ਉਸ ਸਮੇਂ ਦੀਆਂ ਇੰਗਲੈਂਡ ਦਾ ਰੇਡੀਓ ਰਿਕਾਰਡ ਮੇਰੇ ਕੋਲ, ਜਿਹੜੇ ਕਿ ਲਾਹੌਰ ਦੀ ਕੰਪਨੀ ਦੇ ਰਿਕਾਰਡ ਬੜੇ ਆ ਜੀ। ਇਹ ਪਟਿਆਲੇ ਜਿਵੇਂ ਬੀਕਾਨੇਰ ਦੇ ਰਾਜੇ ਹੁੰਦੇ ਸੀ ਜੀ ਪਹਿਲਾਂ, ਰਾਜਿਆਂ ਦੇ ਦਰਬਾਰ ਮਚਾ, ਕਿਲਿਆਂ ਦੇ ਵਿੱਚ ਹੁੰਦੇ ਸੀ ਜੀ ਇਹ ਬਰਤਨ। ਅੱਛਾ, ਇਹ ਰਾਜਸਥਾਨ ਬੀਕਾਨੇਰ ਦੇ ਜ਼ਿਲ੍ਹੇ ਵਿੱਚੋਂ ਆਇਆ ਹੋਇਆ ਜੀ ਇਹ। ਇਹ ਮਿੱਟੀ ਦੇ ਜੀ ਸੀਟੀਆਂ, ਆਹ ਦੇਖੋ ਜੀ, ਇਹ ਥੀਹਾਂ ਵਾਲੇ ਭਾਂਡੇ ਵਿੱਚੀ ਆ ਜੀ। ਇਹ ਦੇਖੋ ਨਾਲ ਇਹਨਾਂ ਘੁੱਗੂ ਘੋੜੇ ਬਣਾਏ ਜੀ, ਆਹ ਦੇਖੋ ਜੀ। ਜਦੋਂ ਆਪਣਾ ਕੱਪੜਾ ਹੱਥੀ ਬੁਣਿਆ ਜਾਂਦਾ ਹੁੰਦਾ ਸੀਗਾ ਜੀ, ਇਹਨੂੰ ਕੁੱਚ ਕਿਹਾ ਜਾਂਦਾ ਜੀ। ਜਿਵੇਂ ਆਪਣੇ ਬੁਰਸ਼ ਦਾੜੀ ਦੇ ਬਾਲ ਕੱਲਾ ਕੱਲਾ ਮਤਲਬ ਸਾਫ਼ ਕਰ ਦਿੰਦਾ ਜੀ, ਤੇ ਇਹ ਧਾਗੇ ਨੂੰ ਐਸਲੋ ਕਰਕੇ ਨਖੇੜ ਨੇ ਮਾਵਾ ਦਿੱਤਾ ਸੀ ਧਾਗੇ ਨੂੰ ਜੀ। ਤੇਰੇ ਭੁੱਲ ਕੇ ਬਾਗ ਵਿੱਚ ਆ ਗਈ ਵੀ ਇੱਕ ਫੁੱਲ ਤੋੜ ਲੈਂਦੇ ਹੋ, ਮੁਹੰਮਦ ਸਦੀਕ ਰਣਜੀਤ, ਠੀਕ ਹੈ ਜੀ। ਤੇ ਇਹਦੇ ਉੱਤੇ ਕਿਸੇ ਕੁੜੀ ਨੇ ਲਿਖਤਾ, ਕੰਧ ਟੱਪ ਕੇ ਗੁਲਾਬੀ ਫੁੱਲ ਤੋੜਿਆ ਵੀ ਮਿੱਤਰਾਂ ਦੇ ਬਾਗ ਦੇ ਵਿੱਚੋਂ, ਬਾਗ ਮਿੱਤਰਾਂ ਦਾ, ਕੁੜੀ ਕੰਧ ਉੱਤੇ ਕੀ ਲੈਣ ਗਈ ਜੀ। ਦਿਓਰ ਭਰਜਾਈ ਨਲਕਾ ਗੇੜ ਰਹੇ ਜੀ, ਇਹ ਉਹਦੀ ਤਸਵੀਰ ਆ। ਦਿਓਰ ਭਰਜਾਈ ਨਲਕਾ ਗੇੜ ਰਹੇ, ਕੀ ਬਾਤ ਹੈ। ਇਹ ਦੇਖੋ ਜੀ, ਕੱਤਣੀ ਹੈ ਪੰਜਾਬ ਦੀ ਮਸ਼ਹੂਰ ਚੀਜ਼। ਕੱਤਣੀ ਕਿਆ ਮਤਲਬ? ਕੱਤਣੀ ਜੇ ਚਰਖਾ ਕੱਤਦੀਆਂ ਕੁੜੀਆਂ ਜੀ। ਅੱਛਾ, ਤਾਂ ਇਹਨੂੰ ਅਸੀਂ ਸਤਾਰੇ ਵਾਲੇ ਦੇ ਵਿੱਚ ਜੀ, ਇਹ ਦੇਖੋ ਜੀ ਚਰਖ, ਇਹ ਤੀਲਾਂ ਦੀ ਬਣੀ ਹੈ ਜੀ, ਇਹ ਦੇਖੋ, ਅਤੇ ਦਰੀ ਟੈਪ 'ਤੇ ਬੁਣੀ ਗਈ ਹੈ, ਅਤੇ ਦੇਖੋ ਕਿੱਡੀ ਸਜਾਵਟ ਹੈ ਇਹਦੀ ਜੀ। ਇੱਕ ਮੈਂ ਦੋਸਤੋ ਤੁਹਾਨੂੰ ਪਤਾ ਹੋਣਾ ਜੀ, ਮੈਂ ਘੱਗਰੇ ਬੜੇ ਬਣਾਉਣਾ ਜੀ, ਘੱਗਰੇ ਇਹ ਵਿਰਸਾ ਸਾਡਾ ਅਲੋਪ ਹੋ ਰਿਹਾ ਜੀ, ਹਰੇਕ ਤਰ੍ਹਾਂ ਦਾ ਘੱਗਰਾ ਮੈਂ ਬਣਾਉਣਾ ਜੀ। ਇੱਕ ਦੋਸਤ ਬਵਾਸੀਰ ਹੋਵੇ, ਅਸੀਂ ਦਵਾਈ ਫਰੀ ਦਿੰਦੇ ਹਾਂ। ਇੱਕ ਅਸੀਂ ਚੂਰਨ ਦੇਸੀ ਕਿੱਕਰਾਂ ਦੇ ਤੁੱਕਿਆਂ ਦਾ ਚਾਰ ਵੀ ਤਿਆਰ ਕਰਦੇ ਹਾਂ, ਸਾਡੇ ਜਿਹੜੇ ਕੋਈ ਫਲੀਆਂ ਕਹਿੰਦੇ ਦੇਸੀ ਕਿੱਕਰਾਂ ਦੇ ਤੁੱਕਿਆਂ ਦਾ ਚਾਰ ਵੀ ਅਸੀਂ ਤਿਆਰ ਕਰਦੇ ਹਾਂ। ਇੱਕ ਅਸੀਂ ਚੂਰਨ ਤਿਆਰ ਕਰਦੇ ਹਾਂ, ਜਿਵੇਂ ਢਿੱਡ ਦੁਖਦਾ, ਕਬਜ਼ੀ, ਗੈਸ, ਖਾਧਾ ਪੀਤਾ ਹਾਜ਼ਮ ਨਹੀਂ ਹੁੰਦਾ, ਜਿਵੇਂ ਅਫਰੇਮਾ, ਬੇਵਾਦੀ, ਬੇਹਾਜ਼ਮਾ, ਭੁੱਖ ਨਾ ਲੱਗਦੀ ਹੋਵੇ, ਤੇਜ਼ਾਬ ਬਣਦਾ ਹੋਵੇ ਜੀ, ਇਹ ਕੋਈ ਵੀ ਸਾਥੋਂ ਲਿਜਾਣਾ ਹੋਵੇ ਅਸੀਂ ਬਾਬਾ ਸ਼ੀਰ ਦਵਾਈ ਅਸੀਂ ਫਰੀ ਦਿੰਦੇ ਹਾਂ ਜੀ। ਲੈ ਵੀ ਘੁੱਦੇ ਕੇ ਘਰਾਂ ਰਾਤ ਰਹਿ ਗਿਆ, ਘੁੱਦੇ ਗਈਆਂ ਰੋਟੀਆਂ ਪਾੜਨੇ ਦੇ ਬਾਅਦ ਹਮੇਂ ਦੇਸ਼ ਮਾਲਵੇ ਕੇ ਵਿੱਚ ਫਿਰ ਰਹੇ ਹਾਂ ਜੇ। ਸੋ ਇਵ ਮੈਂ ਦੇਸ਼ ਮਾਲਵੇ ਕੀ ਨਿਸ਼ਾਨੀ ਹੈ ਜੰਡ, ਇੱਕ ਉਹ ਨਰਮਾ ਥਨ ਦੇਖ ਰਿਹਾ ਹੋਣਾ ਪਿੱਛੇ ਬੀਜਿਆ ਵਾ ਬੰਦੇ ਦਾ, ਪਾਦ ਕੇ ਵਿੱਚ ਨਰਮਾ ਕਪਾਹ ਕੋਈ ਸ਼ਬਦ ਨਹੀਂ, ਤਾਂ ਬਾੜੀ ਹੋਏ ਕਰੇ ਤੇ ਮੈਨੂੰ ਯਾਦ ਹੈ ਘਨੌਰ ਗਿੱਲ ਵਿੱਚ ਮਾਰੂ ਮੇਰੇ ਨਾਨਕੇ ਆ, ਮੇਰੀ ਨਾਨੀ ਬਾੜੀ ਚੁਗਣ ਜਾਇਆ ਕਰੇ ਦੀ, ਹਮੇ ਵੀ ਜਾਇਆ ਕਰੇ ਦੀ, ਕਿਆ ਬਾਤਾਂ ਤੀ। ਸੋ ਅੱਜ ਮਾਲਵੇ ਦੇਸ਼ ਕੀ ਜਿਹੜੇ ਹੈਗੇ ਆ ਇਹਨਾਂ ਚੀਜ਼ਾਂ ਦਾ ਰਸ ਲੈ ਰਹੇ ਹੈ। ਊਂ ਜੰਡ ਦੇ ਬਾਅਦ ਹੋਰ ਵੀ ਕਹੀ ਜਾ ਵੀ ਫਲਾਣਾ ਬੰਦਾ ਦਾ ਜੰਡ ਹੈ ਯਾਰ, ਸਰਬੀ ਆਪਣੀ ਗੈਲ ਇਸ ਗੱਲ ਬਾਅਦ ਮੈਂ ਬਾਤ ਕਰੇਗੀ ਵੀ ਯਾਰ ਜੰਡ ਕਿਉਂ ਕਿਹਾ ਜਾ ਬੰਦੇ ਨੂੰ, ਵੀ ਜੰਡ ਹੈ ਇਹਦਾ ਜਾਣਦੇ ਨਹੀਂ ਕੁਛ। ਸੋ ਬੜੀਆਂ ਕਹਾਣੀਆਂ ਦਰਖਤਾਂ ਗੈਲੇ, ਮਿੱਟੀ ਗੈਲੇ, ਧਰਤੀ ਗੈਲੇ, ਸੋ ਇਹੋ ਜਿਹੀ ਕਹਾਣੀ ਆਪਾਂ ਉਰੇ ਤੇ ਪਿੰਡ ਹੈ ਥੋੜ੍ਹੀ ਦੂਰ ਮਹਿਤਾ ਉੱਥੇ ਜਾ ਰਹੇ ਹਾਂ, ਉੱਥੇ ਇੱਕ ਬਾਈ ਨੇ ਬਹੁਤ ਪੁਰਾਣਾ ਜਿਹੜਾ ਪੁਰਾਣੇ ਹੀਰੇ ਹੈ ਉਹ ਇਕੱਠੇ ਕਰਕੇ ਰੱਖੇ ਹੋਏ ਹੈ, ਉਸ ਪਰ ਮਿਲੇ ਉਹਨੂੰ ਜਾ ਕੇ ਚਿੰਗਿਆੜੇ ਕੱਢਾਂ, ਔਰ ਮਾਲਵੇ ਦੇਸ਼ ਕਾ ਪਾਣੀ ਪੀ ਮੈਂ, ਆਓ ਚਲੇਂ ਮਾਲਵੇ ਦੇਸ਼ ਕੀ ਕਿਆ ਕਹਾਂ ਉਹਨੂੰ, ਡੂੰਘੀਆਂ ਗਲੀਆਂ ਕੇ ਵਿੱਚ। ਲੈ ਵੀ ਮੈਂ ਤਾਂ ਪਿੰਡ ਕੇ ਵਿੱਚ ਪਹੁੰਚ ਗਏ ਜਿੱਥੇ ਇੱਕ ਬਾਈ ਰਹਾ, ਉਹਨਾਂ ਦਾ ਬਹੁਤ ਚੰਗਿਆੜੇ ਹੈ, ਚੰਗਿਆੜੇ ਪੁਰਾਣੇ ਬੰਦਿਆਂ ਪਰ ਰਹਿ ਗਏ ਜਾਂ ਪੁਰਾਣੇ ਸਮਾਨ ਚੀਜ਼ਾਂ ਦੇ ਵਿੱਚ ਰਹਿ ਗਏ, ਨਵੀਂ ਦੇ ਵਿੱਚ ਤਾਂ ਕੋਈ ਚੰਗਿਆੜਾ ਰਿਹਾ ਨਹੀਂ ਹੈ। ਸੋ ਉਹ ਲਿਖਿਆ ਵਾ ਸ਼ੇਰਗੜ੍ਹ ਮਹਿਤਾ ਦੁੰਨੇ ਵਾਲਾ ਗਹਿਰੀ ਬੁੱਟਰ ਪੱਖਿਆਂ ਵਾਲੀ, ਵੀ ਟੋਭਾ ਆ ਗਿਆ ਯਾਰ, ਕਿਆ ਨਜ਼ਾਰਾ ਹੈ ਓਏ ਮਾਲਵੇ ਦੇ ਵਿੱਚ ਯਾਰ, ਸਰਬੀ ਅਜੇ ਵੀ ਬਹੁਤ ਕੁਛ ਬਚਿਆ ਵਾ ਹੈ ਨੀ, ਇਹੀ ਤਾਂ ਵੱਡੀ ਪ੍ਰਾਪਤੀ ਹੈ ਮਾਲਵੇ ਦੀ। ਉਹ ਆਪਾਂ ਇੱਧਰ ਨੂੰ ਮੁੜ ਗਏ ਤਾਂ ਪੁੱਛ ਲਿਓ ਵੀ ਉਹਦਾ ਘਰ ਕਿੱਥੇ ਬਾਈ ਗਾ, ਉਹ ਬਾਬੇ ਤੋਂ ਪੁੱਛੋ ਜਿਹੜਾ ਜਵਾਕ ਚੱਕੀ ਕਰਦਾ, ਆਹ ਉਰੇ ਪੁੱਛੋ ਇਹਦੇ ਖੱਬੇ ਪਾਸੇ,
ਟੋਬੇ ਵਾਲਾ ਨਜ਼ਾਰਾ ਵਾਹ ਵਾਹ ਵਾਹ। ਸਤਿ ਸ਼੍ਰੀ ਅਕਾਲ ਜੀ। ਆਪਣੇ ਉਰੇ ਜਗਦੇਵ ਸਿੰਘ ਨਾ ਘਰ ਕਿਹੜਾ ਜਿਹਨਾਂ ਦਾ ਪੁਰਾਣਾ ਸਮਾਨ ਹੈ। ਅੱਛਾ ਜੀ। ਮੈਂ ਤਾਂ ਪਿੰਡ ਹੀ ਨਾ। ਹਾਂਜੀ ਹਾਂਜੀ ਠੀਕ ਆ। ਤੁਸੀਂ ਆਹ ਛੱਡ ਕੇ ਪੈ ਜਾਓ। ਠੀਕ ਹੈ ਜੀ। ਉੱਥੋਂ ਆ ਮੋੜ ਮੁੜ ਜਾਓ ਅਤੇ ਇਸ ਹੱਥ ਸੜਕ ਆਊਗੀ। ਉਹ ਜਿੱਥੇ ਸੜਕ ਨਾ ਛੱਡਿਓ, ਟਰੈਕਟਰ ਜਾ ਰਿਹਾ ਜਿੱਥੇ। ਹਾਂ ਹਾਂ ਇਹ ਸੜਕ ਪੈ ਜਾਓ। ਠੀਕ ਹੈ ਜੀ। ਅਤੇ ਇਸ ਹੱਥ ਨਾ ਵਰਕਸ਼ਾਪ ਆਊਗੀ। ਠੀਕ ਹੈ ਜੀ। ਉੱਥੇ ਪੁੱਛ ਲੈਣਾ ਵੀ ਜਗਦੇਵ ਦੇ ਘਰੇ ਜਾਣਾ ਅਸੀਂ, ਜਿਹਦੇ ਕੋਲ ਪੁਰਾਣਾ ਸਮਾਨ ਆ। ਠੀਕ ਹੈ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਚਲੋ ਜੀ ਮੋੜ ਬਈ। ਵਾਹ ਵਾਹ, ਟੋਬਾ ਤਾਂ ਯਾਰ ਐਂ ਲੱਗਦਾ ਮਤਲਬ ਦਰਿਆ ਹੋਆ ਜਿਸ ਤਰ੍ਹਾਂ। ਆਹ ਬਾਈ ਨਿਆਣੇ ਆ ਗਏ ਸਰਕਾਰੀ ਸਕੂਲ ਵਾਲੇ ਲਗਾ ਮੈਨੂੰ ਤਾਂ ਜਿੱਥੇ ਮੈਂ ਪੜ੍ਹਿਆ ਤਾ। ਮੋੜ ਲਿਓ ਉਰੇ ਤੋਂ, ਇੱਥੇ ਕਰ ਲਿਆ ਜਾਏ। ਉਹ ਇਹਦੀ ਵੀ ਤੇਰੀ ਵੀ ਨਿਆਣੇ ਦੀ ਵੀ ਮੂਰਤ ਆ ਗਈ ਭਾਈ। ਆਹ ਦੇਖੋ ਇੱਥੋਂ ਗੁਰਦੁਆਰਾ ਸਾਹਿਬ ਟੋਬਾ, ਕਿਹਾ ਬਾਤ ਹੈ। ਲੈ ਵੀ ਆਪਾਂ ਇਹਨਾਂ ਇਸਤਰੀ ਕਦੇ ਮਾਲਵਿਆਂ ਵੜ ਗਏ, ਕਈ ਦਿਨ ਉੱਥੀ ਰੋਟੀਆਂ ਖਾਈਆਂ, ਫਿਰ ਬਦੁਆਬੇਵਾਂ ਚਲੇ ਗਏ ਉੱਥੇ, ਫਿਰ ਮਾਝੇਵਾਂ, ਇਸ ਤਰ੍ਹਾਂ ਜਗਾਣਾ ਨਿਕਲ ਗਿਆ। ਪਹਿਲਾਂ ਤਾਂ ਪੁਆਧਮੇ ਫਿਰੀ ਗਏ, ਨਿਕਲੇ ਹੀ ਨਹੀਂ ਪੁਆਧਮੇ ਤੇ। ਸਿੱਧਾ ਚੱਲ ਬਾਈ, ਨਰਮੇ 'ਚ ਕੀੜੇ। ਆਹ ਭਾਈ ਨਰਮੇ ਦੀ ਕੀੜਿਆਂ ਦਾ ਇਲਾਜ ਦੇਖ ਲਿਆ। ਇਹ ਪੁਆਧਮਾ ਤੈਨੂੰ ਕਿਤੇ ਨਹੀਂ ਦਿਖੇਗਾ ਵੀ ਨਰਮੇ ਕੀੜੇ, ਕੋਈ ਨਰਮੇ ਹੀ ਨਹੀਂ ਕੀੜਾ ਕਿੱਥੇ। ਦਰਅਸਲ ਚੱਕਰ ਇਹ ਹੈ ਨਾ ਮਨਜੀਤ, ਨਰਮੇ ਦੇ ਵਿੱਚ ਕੀੜੇ ਪਾ ਕੇ ਦਿੱਤੇ ਜਾਂਦੇ ਆ ਪਹਿਲਾਂ ਬੀਜਾਂ ਦੇ ਵਿੱਚ ਕੀੜੇ, ਫਿਰ ਉਹ ਕਹਿੰਦਾ ਵੀ ਸਪਰੇਅ ਚਾਹੀਦਾ, ਫਿਰ ਸਪਰੇਅ ਚਾਹੀਦੀ ਹੈ। ਤਾਂ ਕੁੱਲ ਮਿਲਾ ਇਹ ਤਾਂ ਜਾਲ ਹੈ। ਆਪਣੇ ਜਿਹੜੇ ਬਜ਼ੁਰਗ ਬੀਜਦੇ ਸੀ ਉਹਨਾਂ ਨੂੰ ਕੋਈ ਸਪਰੇਅ ਨਹੀਂ ਕਰਨ ਦੀ ਲੋੜ, ਕੁਛ ਨਹੀਂ ਕਰਨ ਦੀ ਲੋੜ। ਆਹ ਹਾ ਹਾ ਬਾਈ, ਮਾਲਵੇ ਕਾ ਉਹ ਦੇਖ ਦਰਵਾਜ਼ਾ, ਚੇਤ ਸਿੰਘ ਹਵੇਲੀ ਜਿਹੜੀ ਤੂਤਾਂ ਵਾਲੇ ਖੂਹ ਦੇ ਵਿੱਚ, ਉਹ ਚੀਜ਼ ਤੀ ਐਨ ਜਮਾਈ। ਉਰੇ ਯਾਰ ਦਰਵਾਜ਼ਿਆਂ ਵਾਲਾ ਮਸਲਾ ਮਾਲਵੇ ਦੇ ਵਿੱਚ ਹੀ ਆ ਬੜੇ, ਹੈ ਨਹੀਂ। ਆਹ ਦੇਖੋ ਇੱਧਰ ਦੇਖ, ਹਰਮਨ ਦਿਖਾ ਸੱਜੇ ਪਾਸੇ ਯਾਰ, ਚੰਗਿਆੜਾ ਕਿੱਡਾ ਕਮਾਲ ਹੈ। ਆਹ ਹਾ ਹਾ, ਕੀ ਬਾਤ ਹੈ। ਖੱਬੇ ਪਾਸੇ ਕਹਿੰਦੇ ਵਰਕਸ਼ਾਪ, ਇੱਧਰ ਮੁੜ ਕੇ। ਉਰੇ ਵਰਕਸ਼ਾਪ ਤੋਂ ਪੁੱਛੋ ਵੀ ਜਗਦੇਵ ਸਿੰਘ ਨੇ ਘਰ ਕਿਹੜਾ। ਉੱਥੇ ਟਰਾਂਸਫਾਰਮ ਤੋਂ ਖੱਬੇ ਹੋ ਜਾਓ, ਅਜੇ ਵੀ ਉਹੀ ਖੁੱਲ੍ਹੇ ਵਿਹੜੇ ਯਾਰ, ਦਰਖਤਾਂ ਵਾਲਾ ਘਰ ਦੇਖ ਚੰਗਿਆੜਾ। ਚੜ੍ਹਾਈ 'ਚ ਕਹਿੰਦੇ ਘਰ ਉਹਨਾਂ ਦਾ ਯਾਰ, ਉਰੇ ਪੁੱਛ ਲਿਆ ਕਿਸੇ ਨੂੰ। ਆਹ ਦੇਖੇ ਪਹਿਲਾਂ ਬੇੜੇ ਮੈਂ ਉਹ ਕਰ ਦਿੰਦੀ ਬਖੜੀ ਹੈ ਯਾਰ, ਅੱਜ ਕੱਲ੍ਹ ਰਸਤਾ ਦੱਸਣ ਵਾਲਾ ਨਹੀਂ ਮਿਲਦਾ ਪਿੰਡਾਂ ਮੈਂ ਹਾਇਆ, ਸਾਰਿਆਂ ਮੈਂ ਉਹੀ ਹਾਲ ਹੋ ਗਿਆ। ਅਸਲ 'ਚ ਦੁਪਹਿਰੇ ਬਾਲਵੇ ਦੇ ਪਿੰਡਾਂ ਦੇ ਵਿੱਚ ਘਰੇ ਹੁੰਦਾ ਨਹੀਂ ਕੋਈ, ਖੇਤ ਹੁੰਦੇ ਆ। ਉਹ ਅੱਗੇ ਇੱਕ ਹੋਰ ਘਰ ਆ ਗਿਆ ਯਾਰ ਉਸ ਤਰ੍ਹਾਂ ਕਾ ਹੀ, ਸੱਜੇ ਪਾਸੇ ਮੈਨੂੰ ਤਾਂ ਲੱਗਦਾ ਇਹੋ ਜਿਹੇ ਹੋਏਗਾ ਕੋਈ ਸਾਹਮਣੇ। ਹਾਂ ਜਿਹੜਾ ਸੱਜੇ ਪਾਸੇ ਘਰ ਆ, ਦਰਵਾਜ਼ਾ ਦੇਖੋ ਉਸਕਾ, ਉਹ ਲੱਗਿਆ ਵਾ। ਹਾਂ ਦੇਖੋ ਇਹ ਨਲਕੇ ਪੁੱਠੇ ਕੀਤੇ ਪਏ। ਆਪਾਂ ਰੁਕਾਂ ਉਹ ਕਰਕੇ ਬਸ, ਪੁੱਛਾਂ ਰੁਕੀ। ਆਹ ਇਹਨਾਂ ਤੋਂ ਪੁੱਛਦੇ ਹਾਂ, ਆਹੀ ਤਾਂ ਹੈ, ਮੈਂ ਵੀ ਪਹੁੰਚ ਵੀ ਗਏ, ਕਮਾਲ ਹੈ। ਵਾਹ ਜੀ ਵਾਹ, ਸਤਿ ਸ਼੍ਰੀ ਅਕਾਲ ਜੀ, ਕਿਆ ਹਾਲ ਹੈ ਜੀ। ਆਪਣੇ ਆਪ ਹੀ ਪਹੁੰਚ ਗਏ ਟਿਕਾਣੇ ਤੇ, ਮਾੜਾ ਜਿਹਾ ਪੁੱਛਣਾ ਪਿਆ। ਜੁੱਤੀਆਂ ਕੱਢ ਦਈਏ, ਕੱਢ ਦੇ ਅੰਦਰ ਫਿਰ ਜਚਦੀ ਬਾਤ। ਵਾਹ ਜੀ ਵਾਹ, ਕਿਆ ਬਾਤ ਹੈ। ਕਢਾਈ ਵਾਲੇ ਝੋਲੇ ਪਏ ਅਜੇ ਤੱਕ, ਇਹ ਤਾਂ ਬਹੁਤ ਕੁਛ ਪਿਆ ਜੀ, ਹਜੇ ਬੜਾ ਕੁਛ ਸਾਂਭਿਆ ਪਿਆ, ਜਗ੍ਹਾ ਦੀ ਬਹੁਤ ਜਗ੍ਹਾ ਚਾਹੀਦੀ ਹੈ। ਕੁਰਸੀਆਂ ਲਾ ਦੇ, ਕੋਈ ਨਹੀਂ ਬੈਠਦੇ ਜੀ ਆਪਾਂ, ਕੋਈ ਕੁਰਸੀ ਤਾਂ ਕਰ ਲਈ, ਕੁਰਸੀ ਲੈ ਜਾਓ। ਚਲੋ ਵੀ ਤੁਸੀਂ ਹੈ ਨਾ ਉੱਥੇ ਬੈਠੋ, ਕਹਿੰਦਾ ਉੱਥੇ ਬੈਠੋ ਜਾ ਕੇ, ਕਹਿੰਦਾ ਇੱਥੇ ਬਹਿ ਜਾਓ, ਇੱਥੇ ਬਹਿ ਜਾਓ, ਇੱਥੇ ਬਹਿ ਜਾਓ। ਕੁੱਦੇ ਨੇ ਕਿਹਾ ਤਾ ਅੱਜ, ਮੈਂ ਕਿਹਾ ਥਾਰੇ ਚੰਗਿਆੜੇ ਸੁਣ ਕੇ ਆਵਾਂ। ਚੰਗਿਆੜੇ ਮੈਨੇ ਖੁਸ਼ੀ, ਚੰਗਿਆੜੇ ਨਿਕਲਾ ਨਾ ਜੇ ਤਾਰ ਨੂੰ ਤਾਰ ਮਿਲਾ, ਉਹ ਚੰਗਿਆੜਾ ਨਿਕਲਦਾ, ਉਹ ਚੰਗਿਆੜਾ ਇਹ ਹੁੰਦਾ। ਮੈਂ ਤੁਹਾਨੂੰ ਨਾਲੇ ਨਾ ਜੇ ਰਾਜਪੁਰੇ ਵਾਲੀ ਬੋਲੀ ਸੁਣਾਵਾਂਗਾ, ਮੈਂ ਰਾਜਪੁਰੇ ਤੋਂ ਆਇਆ। ਠੀਕ ਹੈ ਜੀ। ਉੱਧਰ ਦੀ ਬੋਲੀ ਸੁਣੀ ਕਦੇ? ਹਾਂ ਸੁਣੀ ਹੈ, ਮੇਰੇ ਕੋਲ ਫੋਨ ਵੀ ਆਉਂਦੇ ਰਹਿੰਦੇ ਮਾਰੇ ਥਾਰੇ ਗੈਲ ਗੈਲ। ਹਾਂ ਇਹ ਦੂਜੇ ਉਹਨਾਂ ਦੀ ਬੋਲੀ ਹੈ, ਮਤਲਬ ਆਪਣੇ ਅਠੌੜਾਂ ਦੀ। ਨਹੀਂ ਜੀ ਸਾਰਿਆਂ ਕੀ, ਅੱਜ ਕਰਾਂਗੇ ਬਾਤ। ਇਹ ਕਿਵੇਂ ਮਤਲਬ? ਸੁਣਾਵਾਂਗੇ ਪਹਿਲਾਂ, ਕੋਈ ਨਹੀਂ ਕਰਾਂ ਬਾਤਾਂ ਆਪਾਂ। ਠੀਕ ਹੈ। ਸੋ ਦਾ ਪਿੰਡ ਹੈ ਤੁਸੀਂ ਕਿ ਆਏ ਕਿਸ ਬਾਈ? ਰਾਜਪੁਰਾ ਪਟਿਆਲੇ ਤੇ ਪਰਾਂ। ਅੱਛਾ ਰਾਜਪੁਰਾ ਪਟਿਆਲੇ ਨਾ। ਹਾਂ ਰਾਜ, ਠੀਕ ਹੈ ਜੀ। ਉਹ ਤਾਂ ਜਾਂਦੇ ਰਹਿੰਦੇ ਸੀ ਰਾਜ। ਠੀਕ ਹੈ ਜੀ। ਆਪਾਂ ਹੀਟਾਂ ਹੀ ਬੈਠਦੇ, ਕੋਈ ਬਾਤਾਂ ਕਰਾਂਗੇ। ਕੋਈ ਨਹੀਂ ਜੀ। ਤੇ ਆ ਜਾਏ ਬੰਦੇ। ਉਹ ਪਾਣੀ ਲਿਆਓ। ਇਹ ਨਿਆਣੇ? ਇਹ ਪੋਤਾ ਪੋਤੀ ਜੀ। ਠੀਕ ਹੈ। ਸਮਾਨ ਸਿੱਧਾ ਹੀ ਰੱਖ ਰੱਖਿਆ? ਨਹੀਂ ਸਮਾਨ ਤਾਂ ਇੱਥੇ ਨਾ ਜੀ ਬਾਹਲਾ ਨਜਾਇਜ਼ ਪਿਆ ਜੀ, ਟਰੰਕਾਂ 'ਚ ਪਾ ਪਾ ਰੱਖਿਆ ਵਾ, ਇਹਨਾਂ ਚੀਜ਼ ਨਾ ਬਹੁਤ ਜਗ੍ਹਾ ਚਾਹੀਦੀ। ਕਿਆ ਬਾਤ ਹੈ। ਅਤੇ
ਵੀ ਜਗ੍ਹਾ ਤੋਂ ਬਿਨਾਂ ਨਹੀਂ ਰੁਜ਼ਗਾਰ ਲੋੜ ਹੁੰਦਾ। ਅਸੀਂ ਕੱਢ ਕਰਕੇ ਭਾਂਡੇ ਵੀ ਲਾਉਂਦੇ ਹਾਂ, ਫਿਰ ਬੁੜੀਆਂ ਦਾ ਸਮਾਨ ਵੀ ਬੜਾ ਪਿਆ, ਨੋਟ ਬੋਰਡਾਂ 'ਤੇ ਇੱਧਰ ਪਏ ਆ, ਉਹ ਬਕਸੇ ਟੁੱਟ ਕੇ ਕੁਛ ਕਿਉਂ ਜਾਂਦੇ ਉਹਨਾਂ ਨੇ ਮੇਲਿਆਂ ਮੁਲਿਆਂ 'ਚ ਉਦੋਂ ਟੁੱਟ ਜਾਂਦੇ, ਲੋਕ ਆਣ ਗਰਦੀ 'ਚ ਤੋੜ ਦਿੰਦੇ ਆ। ਲੈ ਪਹਿਲਾਂ ਹੀ ਰਲਾ ਦੇ, ਹਜੇ ਤਾਂ ਆਪਾਂ ਪਹਿਲੇ ਚਾਲੂ ਨਹੀਂ ਨਹੀਂ ਕੋਈ ਮੁੱਦਾ ਨਹੀਂ। ਆਪਣਾ ਤਾਂ ਨਾ ਇਸ ਤਰ੍ਹਾਂ ਚੱਲ ਰਿਹਾ ਵੀ ਆਪਾਂ ਇੱਕ ਸਫ਼ਰ ਮੈਂ ਆ, ਸਫ਼ਰ ਦੇ ਵਿੱਚ ਕਿਆ ਕਿਆ ਹੋ ਰਿਹਾ ਸਾਰਾ ਉਹ ਦਿਖਾ ਰਹੇ ਹਾਂ। ਠੀਕ ਹੈ ਜੀ, ਫਿਰ ਇੱਧਰ ਘੁਮਾ ਦਿਓ ਬੈਠੇ ਜੀ, ਸਾਰਾ ਹੀ ਘੁੰਮ ਜਾਣਾ, ਇਹਨਾਂ ਕਦੇ ਜ਼ਰੂਰੀ ਘੁਮਾ ਦਿਓ। ਵਰਿੰਦਰ ਲੈਪਲ ਲੈ ਕੇ ਲਾਈ, ਹਾਂ ਇੱਧਰ ਜ਼ਰੂਰ ਘੁਮਾ ਦਿਓ, ਖੜੇ ਹੋ ਜਾਓ ਵੀ, ਸਵਾਰ ਕੇ ਬੈਠੋ, ਖੜੇ ਹੋ ਜਾਓ, ਇੱਧਰ ਜ਼ਰੂਰ ਘੁਮਾਓ ਜੀ ਇਹਨਾਂ ਦਾ। ਆਹ ਵੀ ਚਰਖੇ ਚੁਰਖੇ ਲੋਹੇ ਦੇ ਲੱਕੜ ਦੇ ਕੇ ਸ਼ੀਸ਼ੇ ਵਾਲਾ ਚਰਖਾ ਪਿਆ ਅੰਦਰ, ਸਭ ਦਿਖਾਵਾਂਗੇ। ਬਹੁਤ ਸਮਾਨ ਪਿਆ ਕੋਠੇ ਤਾਹਾਂ ਤੋਂ, ਮਤਲਬ ਇਹ ਭੇਜਿਆ ਜਾਂਦਾ ਪਾਸ ਲੋਹਾ, ਉੱਠਾਂ ਦੇ ਪੁਲਾਣੇ ਪਲੂਣੇ, ਉੱਠਾਂ ਨੈਲ ਨੂਲ, ਆਹ ਬੋਰਡ ਦੇ ਨੋਟ ਲੱਗੇ ਜੀ, ਵੀ ਜਗਾੜ ਬਾਹਲਾ ਪਿਆ ਇੱਥੇ ਨਜਾਇਜ਼ ਜੀ। ਆਹ ਨਜਾਇਜ਼ ਬੜਾ ਤਕੜਾ ਚੰਗਿਆੜਾ ਨਜਾਇਜ਼ ਰਿਕਾਰਡ, ਮੇਰੇ ਕੋਲ ਇੰਨਾ ਪਿਆ, ਉਹ ਢੇਰਾਂ ਢੇਰ ਪਿਆ, ਉੱਧਰ ਬਕਸੇ ਰਿਕਾਰਡ ਬੜੇ ਪਏ ਨੇ, ਇੱਧਰ ਪਏ, ਇੱਧਰ ਬਹੁਤ ਢੇਰਾਂ ਢੇਰ ਲਫਾਫਿਆਂ 'ਚ ਬੜੇ ਪਾ ਪਾ ਰੱਖੇ ਪਏ ਆ, ਵੀ ਇਹਨੂੰ ਬਹੁਤ ਪੈਸਾ ਚਾਹੀਦਾ, ਜਗ੍ਹਾ ਚਾਹੀਦੀ ਹੈ, ਯਾਨੀ ਕਿਸੇ ਪਾਸੇ ਮਾਰਕੀਟ ਨੂੰ ਉੱਧਰ ਨਹੀਂ ਮਿਲੀ ਕੋਈ, ਅਤੇ ਵੀ ਜਿਹੜੇ ਆਪਣੇ ਇਸ ਚੀਜ਼ਾਂ ਨੂੰ, ਹਾਂ ਸਮਾਨ ਤਾਂ ਬੜਾ ਗਰੀਬੀ ਦੇ ਕਾਰਨ ਵੇਚਿਆ ਸੀ, ਵਿਆਹ ਸਪੀਕਰ ਮੈਂ ਅਜੇ ਵੀ ਜਾਂਦਾ ਲਾਉਣਾ। ਅੱਛਾ ਫੋਨ ਬਾਈ ਮੈਨੂੰ ਕੱਟੇ ਹੋਣੇ ਤੇ ਨਾ, ਫੋਨ ਜ਼ਰੂਰ ਮੈਂ ਬੋਲੂੰਗਾ, ਨਾ ਆਪਾਂ ਕੱਟਦੇ ਕੁਛ ਵੀ ਨਹੀਂ ਹੈ, ਫੋਨ ਤੇ ਫਿਰ ਕੁਛ ਬਾਤ ਕੋਈ ਰੱਖਦੇ ਬੁਗੇ ਲੈ ਲੈ, ਦੋ ਤਿੰਨ ਬੰਦਿਆਂ ਨੂੰ ਕਹਿਤਾ ਤੇ ਉਹਨਾਂ ਨੂੰ ਮੈਂ ਨਾ ਨਾ ਸਾਰਾ ਕੁਝ ਆਇਆ ਜਾਏ ਜਾਂ ਨਾ ਆਇਆ, ਕਿਉਂ ਲੋਕਾਂ ਨੇ ਫੋਨ ਆਉਂਦੇ ਫਿਰ ਸਾਨੂੰ ਕਿ ਨਹੀਂ, ਸਹੀ ਹੈ, ਤਾਂ ਅੱਗੇ ਤੇ ਗੱਲ ਕੁਛ ਹੋਰ ਸੀ ਵੀ ਆਪਾਂ ਜਦੋਂ ਬੋਲਦੇ ਆ ਨੰਬਰ ਥੱਲੇ ਹੇਠਾਂ ਨੂੰ ਕੱਟ ਲਿਓ, ਹੇਠਾਂ ਨੂੰ, ਹੇਠਾਂ ਨੂੰ ਝੱਗੇ ਦੇ, ਆ ਹੇਠਾਂ ਨੂੰ ਬਟਨ ਲਾ ਲੈਣਾ ਇੱਥੇ ਜੀ, ਮੈਕ ਨਹੀਂ ਨਹੀਂ ਝੱਗੇ ਦੇ ਹੇਠਾਂ ਨੂੰ ਕੱਢੋ, ਕਰਾਂ ਦੇਖਿਓ ਨਿਕਲੇ, ਹੇਠਾਂ ਨੂੰ ਖਿੱਚੋ, ਉਹਨੂੰ ਮੈਕ ਦਾ ਉੱਪਰ ਹੈ, ਹਾਂ ਇਹਨੂੰ ਹੇਠਾਂ ਖਿੱਚ ਦਿਓ, ਖਿੱਚ ਲਓ ਖਿੱਚ ਲਓ, ਕੋਈ ਮਸਲਾ ਨੀ, ਮੈਂ ਜੋ ਤਾਰਾ ਜੀ, ਜੋ ਤਾਰਾ ਜੀ ਕਰਿਆ ਉਹ ਸੁਣਾਓ, ਨਾ ਨਾ ਕੋਈ ਮਸਲਾ ਨੀ, ਸਮਾਨ ਟਰਾਂਕਾਂ ਦੇ ਪਾ ਪਾ ਬੜਾ ਕੁਛ ਰੱਖਿਆ ਪਿਆ, ਤੁਹਾਨੂੰ ਦਿਖਾਵਾਂਗੇ, ਕੋਈ ਟਾਈਮ ਨਾ ਕੱਢਦੇ ਆ, ਕੋਈ ਨਾ, ਆ ਗੱਡਾ ਬੜਾ ਸੋਹਣਾ, ਹੇਠਾਂ ਹੀ ਬੈਠ ਕੇ ਹੋਏਗਾ, ਆ ਗੱਡਾ ਖੜਾ ਦੇਖੋ, ਗੱਡਾ ਕਮਾਲ ਹੈ, ਤੇ ਇਹਦੇ ਸਮਾਨ ਸਮਾਨ ਬੜਾ ਪਿਆ ਸਾਡੇ ਟਿਕੇ ਆ, ਗੱਡੇ ਉੱਤੇ ਆ ਗਿਆ ਸੰਦੂਕ ਮਟਿਆਰ ਦਾ, ਹੈਗਾ ਗਾਣੇ ਜੀ ਮੇਰੇ ਕੋਲ ਸਾਰੇ, ਨਿੰਮ ਦੇ ਸੰਦੂਕ ਵਾਲੀ ਕਿਹੜੇ ਪਿੰਡ ਮਕਲਾਵੇ ਜਾਣਾ, ਲੈ ਵੀ ਵਾਰਿਸ਼ਾਹ ਨੇ ਲਿਖਿਆ ਵੀ ਘੋੜੇ ਦਿਲਾਂ ਦੇ ਅਤੀ ਮੂੰਹ ਤਾਣ ਹੁੰਦੇ, ਦਸ ਸ਼ੌਕ ਦੀ ਵਾਹ ਕਿਸ ਥੰਮੜੀਏ। ਸੋ ਮਹਿਤੇ ਕੇ ਵਿੱਚ ਮੈਂ ਪਹੁੰਚ ਗਿਆ, ਥਵੇਂ ਦੇਖ ਰਹੇ ਹੋਣੇ ਸਾਰਾ ਸਮਾਨ ਪਿਆ ਹੋ ਰਿਹਾ, ਪੁਰਾਣਾ ਖਜ਼ਾਨਾ, ਕਿਤੇ ਪਹਿਲਾਂ ਵੀ ਇਹੋ ਜਿਹਾ ਖਜ਼ਾਨਾ ਦਿਖਾਇਆ ਤਾ, ਸੋ ਇਹੋ ਜਿਹੇ ਖਜ਼ਾਨੇ ਦੁਰਲਭ ਹੈ ਔਰ ਇਹੋ ਜਿਹੇ ਖਜ਼ਾਨੇ ਨੂੰ ਰੱਖਣ ਵਾਲੇ ਵੀ ਦੁਰਲਭ ਹੈ। ਸੋ ਆਪਣੇ ਬਾਈ ਜਗਦੇਵ ਸਿੰਘ ਜੀ ਆਪਣਾ ਨਾਮ ਜੀ, ਹਾਂਜੀ, ਸੋ ਅੱਜ ਹਮੇ ਥਾਰੇ ਪਹਿਲਾਂ ਬਾਤ ਚੱਲੀ ਸੀ ਬੋਲੀ ਵਾਲੀ, ਸੋ ਮਾਰੀ ਬੋਲੀ ਮੈਂ ਨਾ ਅਸਲ ਜਿਤਨਾ ਥਮੇ ਸਮਾਨ ਇਕੱਠਾ ਕਰਿਆ ਮੈਂ ਬੋਲੀ ਵਾਲਾ ਇਕੱਠਾ ਕਰਦਾ ਫਿਰ ਰਿਹਾ, ਸੋ ਬੈਠ ਕੇ ਬਾਤਾਂ ਕਰਿਆ ਆਪਾਂ, ਸ਼ੁਰੂ ਕਰੋ ਆਪਣੀ ਕਹਾਣੀ ਸੁਣਾਓ ਬਸ, ਤੁਹਾਨੂੰ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਹੈ ਖਿਆਲ ਆਇਆ, ਕੋਈ ਨਹੀਂ ਬੁੱਕੇ ਬੈਠੇ ਰਹੋ, ਬੈਠ ਮੈਨੂੰ ਬੋਲਦੇ, ਕੋਈ ਨਹੀਂ ਸ਼ੁਰੂ ਕਰੋ ਤੁਹਾਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਜਗਦੇਵ ਸਿੰਘ ਮੇਰਾ ਨਾਮ ਹੈ ਜੀ, ਪਿੰਡ ਮੇਰਾ ਮਹਿਤਾ ਅਤੇ ਜ਼ਿਲ੍ਹਾ ਮੇਰਾ ਬਠਿੰਡਾ, ਅਤੇ ਬਠਿੰਡੇ ਤੋਂ 14 ਕਿਲੋਮੀਟਰ ਇਹ ਮੇਰਾ ਪਿੰਡ ਪੈਂਦਾ, ਅਤੇ ਫੋਨ ਨੰਬਰ ਹੈ ਦੋਸਤੋ 70-875-78-0-46। ਆਪਣੇ ਨਾ ਕਿਸੇ ਕੋਈ ਤੁਹਾਨੂੰ ਆਪਾਂ ਕਹਿ ਰਹੇ 47 ਤੋਂ ਪਹਿਲਾਂ ਕੁਛ ਉਹਦੇ ਸੁਣਾਉਣ ਦੇ ਸ਼ੁਰੂਆਤ। ਅੱਛਾ ਜੀ, ਅੱਜ ਤੁਹਾਨੂੰ ਅਸੀਂ ਜਿਹੜਾ ਇੱਕ ਵਿਰਸਾ ਸੰਗੀਤ ਸੁਣਾਉਣ ਜਾ ਰਹੇ ਹਾਂ, ਇਹ ਜੋ ਕਿ ਕਲਾਕਾਰ 1947 ਤੋਂ ਪਹਿਲਾਂ ਵਿਛੜ ਚੁੱਕੇ ਨੇ, ਉਹਨਾਂ ਦਾ ਬਜਾਨਾਂ ਦਾ ਕੋਈ ਉਹੀ ਲੋਕਾਂ ਕੋਲ ਇਹ ਸੰਗੀਤ ਹੀ ਖਤਮ ਹੋ ਚੁੱਕਿਆ ਹੈ। ਮੇਰੇ ਕੋਲ ਧਾਰਮਿਕ ਵਿਰਸਾ 1947 ਤੋਂ ਪਹਿਲਾਂ ਦਾ ਬਹੁਤ ਜ਼ਿਆਦਾ ਆ, ਜਿਵੇਂ ਕਿ ਪੁਰਾਣੇ ਰਿਕਾਰਡ ਮਸ਼ੀਨਾਂ, ਸਿੱਕੇ, ਨੋਟ, ਰੇਡੀਓ, ਤਵਿਆਂ ਵਾਲੇ ਮਸ਼ੀਨਾਂ, ਗੱਡੇ, ਪਿੱਤਲ ਦੇ ਬਰਤਨ, ਗ੍ਰੰਥ, ਕਿਤਾਬਾਂ, ਬੁੜੀਆਂ ਦਾ ਸਮਾਨ ਜਿਹੜਾ ਦਾਜ ਅੱਗੇ ਹੁੰਦਾ ਸੀ, ਨੋਟ, ਸਿੱਕੇ, ਰੇਡੀਓ ਜਾਂ ਕੱਤਣੀਆਂ ਕੁੱਤਣੀਆਂ, ਵੀ ਕੁੱਲ ਚੀਜ਼ ਜੀ ਮੇਰੇ ਕੋਲ ਪਈ ਹੈ, ਸਾਰਾ ਸਮਾਨ ਕਈ ਵਾਰੀ ਤੁਹਾਨੂੰ ਨਹੀਂ ਦਿਖਾਇਆ ਜਾਂਦਾ ਕਿਉਂਕਿ ਜਗ੍ਹਾ ਦੀ ਬੜੀ ਕਮੀ ਹੈ, ਪੈਸਾ ਬਹੁਤ ਜ਼ਿਆਦਾ ਲੱਗਦਾ ਇਸ ਚੀਜ਼ਾਂ ਦੇ ਉੱਤੇ ਜੀ, ਕਮਰੇ ਬਹੁਤ ਚਾਹੀਦੇ ਜੀ। ਅਤੇ ਅੱਜ ਅਸੀਂ ਤੁਹਾਨੂੰ ਜਿਹੜੇ 1947 ਤੋਂ ਪਹਿਲਾਂ ਆਪਣੇ ਕਲਾਕਾਰ ਵਿਛੜ ਚੁੱਕੇ ਨੇ, ਰਾਗੀ, ਢਾਡੀ, ਪੰਜਾਬੀ ਕਲਾਕਾਰ, ਬੜੇ ਸੋਹਣੇ ਨੈਬ ਕੋਟਕੀ ਵਰਗੇ ਜਾਂ ਨਰਿੰਦਰ ਬੀਬਾ ਵਰਗੇ, ਇਹ ਵੀ ਚੱਲ ਵਸੇ, ਅਮਰ ਸਿੰਘ ਸ਼ੌਂਕੀ ਵਿਆਰੇ, ਕਰਨੈਲ ਸਿੰਘ ਪਾਰਸ, ਜਾਂ ਆਪਣੇ ਸਰਈਆ ਸੰਸਾਰ ਬੇਗ ਨੂਰ ਜਹਾਂ, ਜਾਂ ਮਕਸੂਦ ਰਾਣਾ, ਆਸ਼ਕ ਅਨਾਇਤ ਭੱਟੀ, ਬੁੱਢਾ ਸ਼ੇਖ ਵਰਗੇ,
ਇਹਨਾਂ ਦੇ ਸੰਗੀਤ ਸਾਡੇ ਕੋਲ ਬੜਾ ਸੰਭਾਵਿਤ ਆਲਮਨਹਾਰ ਦੇ ਰਿਕਾਰਡ ਜੋ ਕਿ 1947 ਤੋਂ ਪਹਿਲਾਂ ਦੇ ਆ ਕੋਈ ਆਪਣੇ ਸੁਣਾ ਕੇ ਸ਼ੁਰੂ ਕਰੋ ਅੱਜ ਅਸੀਂ ਮੈਂ ਤੁਹਾਨੂੰ ਇੱਕ ਆਸਾ ਦੀ ਵਾਰ ਸੁਣਾ ਰਹੇ ਹਾਂ ਜਾ ਰਹੇ ਹਾਂ ਜੀ ਇਹ ਆਪਣੇ ਲਾਹੌਰ ਦੇ ਵਿੱਚ ਰਿਕਾਰਡ ਹੋਈ ਹੈ ਜੀ ਆਹ ਤੁਹਾਨੂੰ ਲਾਉਣੇ ਜੀ ਅਸੀਂ ਆਹ ਦੇਖੋ ਜੀ ਇਹ ਪੱਕੇ ਰਾਗਾਂ ਦੇ ਵਿੱਚ ਹੈ ਜੀ ਆਸਾ ਦੀ ਵਾਰ ਇਹ ਲੋ ਸੁਣੋ ਜੀ ਅੱਛਾ ਆਪਾਂ ਮਾੜੀ ਜਿਹੀ ਕਹਾਣੀ ਸੁਣਾਓ ਮਾਨੂੰ ਆਪਣੀ ਵੀ ਥੰਮੇ ਪਹਿਲਾਂ ਕੰਮ ਕਿਆ ਕਰੇ ਤੇ ਯਾਰ ਇਹ ਸਾਰਾ ਕਿੱਥੋਂ ਥੜੇ ਦਿਮਾਗ ਦੇ ਵਿੱਚ ਆਇਆ ਵੀ ਇਸ ਤਰ੍ਹਾਂ ਸਮਾਨ ਸਾਂਭਿਆ ਜਾਵੇ ਕੰਮ ਮੈਂ ਸਿਲਾਈ ਦਾ ਕਰਦਾ ਜੀ ਹਰੇਕ ਤਰ੍ਹਾਂ ਦਾ ਜੀ ਮਿਲਟਰੀ ਦੀ ਵਰਦੀ ਪੁੱਛਦੇ ਆ ਵਰਦੀਆਂ ਘੱਗਰੇ ਬੜੇ ਬਣਾਉਣਾ ਜੀ ਮੈਂ ਕਲੀਆਂ ਵਾਲੇ ਕਮੀਜ਼ ਬਣਾਉਣਾ ਜੀ ਘੱਗਰੇ ਮੈਂ ਵਿਦੇਸ਼ਾਂ ਵਿੱਚ ਬਣਾ ਕੇ ਵੀ ਭੇਜਦਾ ਜੀ ਤੁਹਾਡੇ ਇਲਾਕੇ ਦੇ ਵਿੱਚ ਨਾਭੇ ਦੇ ਨੇੜੇ ਮੰਡੀ ਅਮਲੋਹ ਆ ਜੀ ਅਮਲੋਹ ਦੇ ਨੇੜੇ ਪਿੰਡ ਉੱਚੀ ਰੁੜਕੀ ਆ ਉੱਥੇ ਮਾਸਟਰ ਨਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਉਹਨਾਂ ਨੇ ਬੜੇ ਘੱਗਰੇ ਬਣਵਾਏ ਜੀ ਉਹ ਮੇਰੇ ਦੋਸਤ ਆ ਮੈਨੂੰ ਮਦਦ ਵੀ ਕਰਦੇ ਆ ਬੜਾ ਪ੍ਰੇਮ ਆ ਉਹਨਾਂ ਨਾਲ ਨਾਭੇ ਦੇ ਕੋਲ ਅਮਲੋਹ ਮੰਡੀ ਪਿੰਡ ਉੱਚੀ ਰੁੜਕੀ ਅੱਛਾ ਇਹ ਜਿਹੜਾ ਸਮਾਨ ਇਕੱਠਾ ਕਰਿਆ ਥਾਨੇ ਤੁਹਾਨੂੰ ਇਹ ਕਿੱਥੇ ਦੇ ਮਤਲਬ ਸ਼ੁਰੂ ਹੋਇਆ ਉਹ ਦੱਸੋ ਮਾੜਾ ਜਿਹਾ ਸ਼ੁਰੂ ਮੈਨੂੰ 40 ਸਾਲ ਹੋ ਗਏ ਜੀ ਸ਼ੌਂਕ ਜਾਗੇ ਨੂੰ ਹਾਂਜੀ ਮੇਰੇ ਕੋਲ ਹਰੇਕ ਤਰ੍ਹਾਂ ਦਾ ਸਮਾਨ ਆ ਜੀ ਮੈਂ ਵਿਰਾਸਤ ਮੇਲਿਆਂ ਵਿੱਚ ਵੀ ਜਾਂਦਾ ਜੀ ਪ੍ਰੋਫੈਸਰ ਮੋਹਨ ਸਿੰਘ ਮੇਲਾ ਦਵਿੰਦਰ ਦਿਆਲਪੁਰੀ ਵੀ ਮੇਲਿਆਂ ਵਿੱਚ ਮੈਨੂੰ ਬੁਲਾਉਂਦਾ ਜੀ ਇਹ ਦਵਿੰਦਰ ਦਿਆਲਪੁਰੀ ਆਪਣੇ ਜਲੰਧਰ ਦੇ ਕੋਲ ਪਿੰਡ ਹੈ ਜੀ ਉਹ ਮੈਨੂੰ ਬੜੇ ਮੇਲਿਆਂ 'ਚ ਬੁਲਾਇਆ ਬਾਕੀ ਮੈਂ ਪੰਜਾਬ ਪ੍ਰੋਫੈਸਰ ਮੋਹਨ ਸਿੰਘ ਮੇਲੇ ਨਾਭੇ ਵੀ ਜਾਂਦਾ ਰਿਹਾ ਲੁਧਿਆਣੇ ਵੀ ਗਿਆ ਜੀ ਬਸ ਸਾਡੇ ਬਠਿੰਡੇ ਵੀ ਲੱਗਦਾ ਜੀ ਅਤੇ ਕਿਸੇ ਟਾਈਮ ਦੇ ਵਿੱਚ ਇਹ ਤਵਿਆਂ ਵਾਲੀ ਮਸ਼ੀਨ ਸਾਡੇ ਕੋਲ ਪੁਰਾਣੀਆਂ ਤੋਂ ਪੁਰਾਣੀਆਂ ਮਸ਼ੀਨਾਂ ਵੀ ਸੀ ਅਸੀਂ ਵੇਚ ਵੀ ਦਿੱਤੀ ਆਪਣੀ ਗਰੀਬੀ ਦੇ ਕਾਰਨ ਤਵਿਆਂ ਵਾਲੀਆਂ ਰੇਡੀਓ ਤਵਿਆਂ ਵਾਲੀਆਂ ਮਸ਼ੀਨਾਂ ਅਤੇ ਲਾਊਡ ਸਪੀਕਰ ਅਤੇ ਰੇਡੀਓ ਜੋ ਕਿ ਉਹ ਪਏ ਆ ਤੁਹਾਨੂੰ ਹਰੇਕ ਤਰ੍ਹਾਂ ਦੇ ਮਾਡਲ ਦੇ ਰੇਡੀਓ ਮੇਰੇ ਕੋਲ ਪਏ ਨੇ ਜੀ ਬਹੁਤ ਸੋਹਣੇ ਅਤੇ ਇਹ ਰੇਡੀਓ ਵੀ ਕਿਸੇ ਤੋਂ ਘੜੀ ਦੇ ਰੇਡੀਓ ਅਤੇ ਸਾਈਕਲ ਅਤੇ ਲਾਊਡ ਸਪੀਕਰ ਅਤੇ ਤਵਿਆਂ ਵਾਲੀ ਮਸ਼ੀਨ ਅਤੇ ਪੁਰਾਣੇ ਰੇਡੀਓ ਇਹ ਬੜੇ ਮਸ਼ਹੂਰ ਹੁੰਦੇ ਸੀਗੇ ਜੋ ਕਿ ਹੁਣ ਜਿਹੜੇ ਮੈਂ ਤੁਹਾਨੂੰ ਰਿਕਾਰਡ ਹੋਰ ਵੀ ਸੁਣਾਉਣ ਜਾ ਰਿਹਾ ਵੀ ਇਹ 1947 ਤੋਂ ਪਹਿਲਾਂ ਨੈਬ ਕੁਟੀਆ ਘੁਮਿਆਰ ਆਪਣੇ ਇੱਧਰ ਹੀ ਸ਼ਾਇਦ ਹੁੰਦਾ ਸੀ ਸਾਂਝੇ ਪੰਜਾਬ 'ਚ ਇਹ 1947 ਵੇਲੇ ਪਾਕਿਸਤਾਨ ਚਲੇ ਗਏ ਜੀ ਉਹ ਅੱਜ ਸੁਣ ਮੈਂ ਰਿਕਾਰਡ ਦੇ ਉਹਦੇ ਨਾਲ ਦੇ ਗਾਏ ਮੈਂ ਸੁਣਾਉਣਾ ਪਹਿਲਾਂ ਆਸਾ ਦੀ ਵਾਰ ਲਾਈ ਹੈ ਜੀ ਕਿਉਂਕਿ ਮੈਂ ਰਿਕਾਰਡ ਨਹੀਂ ਪੜਿਆ ਉਹ ਇੰਨਾ ਉਹਦੇ ਨਾਂ ਨਹੀਂ ਮੈਨੂੰ ਪਤਾ ਲੱਗਿਆ ਅਤੇ ਆਹ ਸੁਣ ਮੈਂ ਆਸਾ ਦੀ ਵਾਰ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਜੁਗਨੀ ਲਾਉਣਾ ਜੀ ਮੁਹੰਮਦ ਉਹਦੀ ਨੈਬ ਕੋਟਕੇ ਦੀ ਇਹ ਲਓ ਜੀ ਸੁਣੋ ਇਹ 1947 ਤੋਂ ਪਹਿਲਾਂ ਦੀ ਜੁਗਨੀ ਹੈ ਜੀ ਆ ਦੋਸਤੋ ਇੱਕ ਜਿਹੜਾ ਮੈਂ ਹੁਣ ਤੁਹਾਨੂੰ ਗੀਤ ਸੁਣਾਉਣ ਜਾ ਰਿਹਾ ਪੁਰਾਣੀ ਢੱਡ ਸਰੰਗੀ ਅਤੇ ਕਲੀ ਹੈ ਜੀ ਇਹ ਕਲੀ ਜੀ ਲਾਹੌਰ ਦੇ ਵਿੱਚ ਰਿਕਾਰਡ ਹੋਈ ਹੈ ਇਹ ਦੇਖੋ ਜੀ ਇਹ ਢਾਡੀ ਦਦਾਰ ਸਿੰਘ ਦੀ ਕਲੀ ਆ ਢਾਡੀ ਦਦਾਰ ਸਿੰਘ ਬਹੁਤ 120 ਸਾਲ ਦਾ ਹੋ ਕੇ ਮਰਿਆ ਦਦਾਰ ਸਿੰਘ ਰਿਟਾਇਰਡ ਆ ਇਹ ਜਲੰਧਰ ਕੋਲ ਪਿੰਡ ਸੀ ਇਹਨਾਂ ਦੇ ਜਨਮ ਲਾਹੌਰ ਦਾ ਹੀ ਹੈ ਇਹਨਾਂ ਜੀ ਅਤੇ ਇਹਨਾਂ ਦੇ ਰਿਕਾਰਡ ਮੇਰੇ ਕੋਲ ਬੜੇ ਪਏ ਨੇ ਜੀ ਅਤੇ ਬੜੇ ਲੋਕ ਸ਼ੌਂਕ ਰੱਖਦੇ ਆ ਕਿਉਂਕਿ ਫਰੀਦਕੋਟ ਦਾ ਰਾਜਾ ਬੜਾ ਸ਼ੌਕੀ ਸੀ ਅਤੇ ਨੂਰ ਜਦੋਂ ਰਿਕਾਰਡ ਇਹਨਾਂ ਦੇ ਅਖਾੜੇ ਲੱਗਦੇ ਨਾ ਅਤੇ ਮੀਂਹ ਭਰਾਉਂਦੇ ਹੀ ਨੋਟਾਂ ਦਾ ਅਤੇ ਆਹ ਮੈਂ ਕਲੀ ਤੁਹਾਨੂੰ ਸੁਣਾਉਣ ਜਾ ਰਿਹਾ 1947 ਤੋਂ ਪਹਿਲਾਂ ਦੀ ਅੱਛਾ ਇਹ ਇੱਕ ਮਿੰਟ ਬਾਅਦ ਦੱਸੋ ਜਿਹੜੇ ਤਵੇ ਆ ਤਵੇ ਕਿੱਥੇ ਦੇ ਲੈ ਕੇ ਆਏ ਕਿੱਥੇ ਦੇ ਕੱਟੇ ਇਹ ਮੈਂ ਬਹੁਤ ਦੂਰੋਂ ਦੂਰੋਂ ਜੀ ਦਿੱਲੀ ਕੋਲਕਾਤਾ ਆਪਣੇ ਪੰਜਾਬ ਦਾ ਕੋਈ ਇਲਾਕਾ ਛੱਡਿਆ ਨਹੀਂ ਜੀ ਅੱਛਾ ਹਾਂਜੀ ਆਹ ਇੱਕ ਤੁਹਾਨੂੰ ਸ਼ਬਦ ਸੁਣਾਉਣ ਜਾ ਰਿਹਾ ਮੇਰੇ ਰਾਮ ਰਾਜੇ ਤੂੰ ਸੰਤਾਂ ਦਾ ਸੰਤ ਤੇਰੇ ਇਹ ਬੜਾ ਸੋਹਣਾ ਸ਼ਬਦ ਅਤੇ ਮਿੱਠੀ ਆਵਾਜ਼ ਹੈ ਜੀ ਇਹਨਾਂ ਦੀ ਇਹ ਪੁਰਾਣੇ ਰਾਗੀ ਨੇ ਇਹ ਦੇਖੋ ਜੀ ਇੱਕ ਮਿੰਟ ਦੀ ਹੋਰ ਨਾ ਆਪਾਂ ਬਾਅਦ ਮੈਂ ਸੁਣੇਗੇ ਤਵੇ ਪਹਿਲਾਂ ਆਪਾਂ ਹੋਰ ਬਾਤਾਂ ਵੀ ਕਰ ਲੈ ਵਿੱਚ ਅੱਛਾ ਇਹ ਕਿਹਾ ਚੀਜ਼ ਪਈ ਜਿਹੜੇ ਮੇਰੇ ਪਿੱਛੇ ਇਹ ਕਿਹਾ ਇਹ ਜੀ ਟੋਕਨਾ ਅੰਗਰੇਜ਼ਾਂ ਦੇ ਰਾਜ ਦਾ ਜੀ ਇਹ 200-300 ਸਾਲ ਪੁਰਾਣਾ ਜੀ ਇਹ ਟੋਕਨਾ ਕਿਆ ਮਤਲਬ ਇਹ ਟੋਕਨਾ ਜੀ ਇਹਦੇ ਵਿੱਚ ਚਾਹ ਦੁੱਧ ਅੱਗੇ ਗਰਮ ਕਰਦੇ ਹੁੰਦੇ ਸੀਗੇ ਜੀ ਇਹਦੇ ਵਿੱਚ ਇਹ ਤਾਂ ਬਹੁਤ ਭਾਰੀ ਹੈ ਇਹ ਬਹੁਤ ਵੱਡਾ ਜੀ ਇਹ ਅੰਗਰੇਜ਼ਾਂ ਦੇ ਰਾਜ ਤੋਂ ਵੀ ਇਹ 300 ਸਾਲ ਤੋਂ ਉੱਪਰ ਆ ਜੀ ਇਹ ਇਹ ਕਿੱਥੇ ਲੈ ਗਏ ਇਹਦੇ ਇਹ ਜੀ ਸਾਡੇ ਪਿੰਡੋਂ ਹੀ ਲਿਆ ਸੀਗਾ ਸ਼ਾਹੂਕਾਰਾਂ ਤੋਂ ਅੱਛਾ ਹਾਂਜੀ ਕਦ ਲਿਆ ਤਾਂ ਇਹ ਕੋਈ ਸਾਲ ਹੋ ਗਏ ਬਹੁਤ ਮੁਸ਼ਕਲ ਨਾਲ ਲਿਆ ਮੈਂ ਥੋੜ੍ਹੇ ਥੋੜ੍ਹੇ ਪੈਸੇ ਇਕੱਠੇ ਕਰਕੇ ਥੋੜ੍ਹੇ ਥੋੜ੍ਹੇ ਪੈਸੇ ਕਿੰਨੇ ਕਾ ਲਿਆ ਕਿੰਨੇ ਕਾ ਇਹ ਉਦੋਂ 7-8 ਹਜ਼ਾਰ ਦਾ ਲਿਆ ਸੀਗਾ ਜੀ ਇਹਦੇ ਮੈਂ ਆਈ ਕੁਛ ਬਣਾਉਂਦੇ ਨਹੀਂ ਇਸ ਟਾਈਮ ਨਹੀਂ ਬਣ ਸਕਦਾ ਕੁਛ ਬਣ ਸਕਦਾ ਜੀ ਇਹਦੇ 'ਚ ਕੁਛ ਮਰਜ਼ੀ ਬਣਾ ਲਓ ਜੀ ਥੋੜ੍ਹੇ ਥੋੜ੍ਹੇ ਲੀਕ ਕਰਦਾ ਜੀ ਮਾੜਾ ਜਿਹਾ ਫੁੱਟਿਆ ਇਹ ਅੱਛਾ ਉਹ ਠੀਕ ਹੋ ਜਾਂਦਾ ਕੋਈ ਖਾਸ ਗੱਲ ਨਹੀਂ ਜੀ
ਅੱਛਾ ਇਹ ਕਿ ਰੇਡੂਆ ਹੈ ਰੇਡੂਆ ਹਾਂਜੀ ਇਹ ਰੇਡੀਓ ਜੀ ਪੁਰਾਣੇ ਆਪਣੇ ਮੇਰੇ ਕੋਲ 1947 ਤੋਂ ਪਹਿਲਾਂ ਦੇ ਰੇਡੀਓ ਬੜੇ ਪਏ ਨੇ ਜੀ ਉਹ ਸਾਹਮਣੇ ਤੁਹਾਨੂੰ ਦਿਸ ਰਹੇ ਆ ਉੱਧਰ ਦੇਖੋ ਜੀ ਕਿੰਨੇ ਰੇਡੂਏ ਇਹ ਅੱਛਾ ਕਿ ਜਿਹੜਾ ਬੜਾ ਸਾਰਾ ਇਹ ਰੇਡੂਆ ਹੈ ਕਿ ਇਹ ਰੇਡੀਓ ਤੇ ਗ੍ਰਾਮੋਫੋਨ ਤਵਿਆਂ ਵਾਲੀ ਮਸ਼ੀਨ ਵੀ ਕਿਹਾ ਜਾਂਦਾ ਤੇ ਰੇਡੀਓ ਨਾਲ ਹੀ ਚੱਲਦੀ ਹੈ ਜੀ ਇਹ ਐਡਾ ਲੰਬਾ ਖੜਾ ਹਾਂਜੀ ਹਾਂਜੀ ਇਹਦੇ ਵਿੱਚ ਸਭ ਕੁਝ ਚੱਲਦਾ ਜੀ ਇਹ ਹਾਂਜੀ ਕਿੰਨੇ ਰੇਡੂਏ ਸਰ ਪਾ ਰੇਡੀਓ ਤਾਂ ਅਣਗਿਣਤੀ ਸਾਹਮਣੇ ਪਏ ਆ ਜੀ ਬੜੇ ਰੇਡੀਓ ਪਏ ਆ ਉਹ ਦੇਖੋ ਸਾਹਮਣੇ ਅੱਛਾ ਹਾਂਜੀ ਬੜੇ ਮੈਕ ਥਰੇ ਦੂਏ ਉਹ ਵੀ ਹੈ ਹਾਂਜੀ ਮੈਕ ਵੀ ਪਏ ਇੰਦਰਾ ਵਾਲੇ ਨਹਿਰੂ ਵਾਲੇ ਸੁਭਾਸ਼ ਚੰਦਰ ਬੋਸ ਵਾਲੇ ਮਹਾਤਮਾ ਗਾਂਧੀ ਵਾਲੇ ਸਾਡੇ ਕੋਲ ਮੈਕ ਵੀ ਪਏ ਆ ਜੀ ਬੜੇ ਪੁਰਾਣੇ ਛੱਲੀ ਮੈਕ ਆ ਜੀ ਇਹ ਚਾਲੀ ਸਾਲ ਤੋਂ ਪਹਿਲਾਂ ਇਹ ਮੈਕ ਬੰਦ ਹੋਏ ਹੋਏ ਨੂੰ ਹੋ ਗਏ ਜੀ ਇਹ ਕਿਹ ਚੀਜ਼ ਹੈ ਜੀ ਕਿਹੜੇ ਜੀ ਇਹ ਵੀ ਰੇਡੂਆ ਹੀ ਹੈ ਹਾਂਜੀ ਰੇਡੀਓ ਪਏ ਜੀ 1947 ਇਹ 100 ਸਾਲ ਤੋਂ ਜੀ ਉੱਪਰ ਪਿਆ ਰੇਡੀਓ ਜਿਹਾ ਸੀ ਇੰਗਲੈਂਡ ਦਾ ਰੇਡੀਓ ਜਿਹੜਾ ਤੁਹਾਨੂੰ ਦਿਸ ਰਿਹਾ ਸਾਹਮਣੇ ਮੜਾ ਜਾ ਖੜੇ ਹੋ ਜਾਓ ਇੱਕ ਮਿੰਟ ਆਪਾਂ ਇੱਧਰ ਨੂੰ ਆ ਕੇ ਦੇਖ ਲੈ ਹਾਂਜੀ ਵੀ ਥਰੇ ਉਹਦੇ ਚੰਗਿਆੜੇ ਥੋੜੇ ਜਿਹੇ ਜਗ੍ਹਾ ਇਹਨਾਂ ਨੂੰ ਦੱਸਿਆ ਵੀ ਬੜਾ ਚੱਕਰ ਹੈ ਇਹ ਉਹ ਜਿਹੜਾ ਰੇਡੀਓ ਆ ਜਿਹੜੇ ਹਾਂਜੀ ਇਹ ਰੇਡੀਓ ਜੀ 125 ਸਾਲ ਪੁਰਾਣਾ ਜੀ ਇਹ ਫਿਲਿਪਸ ਕੰਪਨੀ ਤੇ HMB ਕੰਪਨੀ HMB ਲਾਹੌਰ ਵਿੱਚ ਹੁੰਦੀ ਸੀ ਪਹਿਲਾਂ ਜੀ ਜਦੋਂ 1947 ਦਾ ਆਪਣਾ ਰੌਲਾ ਪੈ ਗਿਆ ਇਹ ਫਿਰ ਕਲਕੱਤੇ ਚਲੀ ਗਈ ਹੈ ਜੀ ਇਹ ਉਸ ਸਮੇਂ ਦੀਆਂ ਇੰਗਲੈਂਡ ਦਾ ਰੇਡੀਓ ਰਿਕਾਰਡ ਮੇਰੇ ਕੋਲ ਜਿਹੜੇ ਕਿ ਲਾਹੌਰ ਦੀ ਕੰਪਨੀ ਦੇ ਰਿਕਾਰਡ ਬੜੇ ਆ ਜੀ ਇਹ ਨਾ ਇੱਥੇ ਮੈਂ ਕਿੱਥੇ ਲਿਆ ਤਾਂ ਇਹ ਕੋਈ ਸਾਡਾ ਰਿਸ਼ਤੇਦਾਰ ਸੀਗਾ ਜੀ ਅੱਛਾ ਉਹਦੇ ਪਿਆ ਦਾ ਹਾਂਜੀ 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 ਚੱਲਦਾ ਉਹ ਰੇਡੀਓ ਮਕੈਨਿਕ ਸੀਗਾ ਜੀ ਜਿਵੇਂ ਤਾਂ ਨਹੀਂ ਚੱਲਦਾ ਨਹੀਂ ਇਹ ਮਾੜੇ ਮੋਟੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਕਿਉਂਕਿ ਮਕੈਨਿਕ ਇਹਨਾਂ ਨੂੰ ਸਮਾਰਨ ਵਾਲੇ ਬਿਰਲੇ ਆ ਜੀ ਸਮਾਨ ਘੱਟ ਮਿਲਦਾ ਇਹਨਾਂ ਦਾ ਜੇ ਸਮਾਰਨ ਦਾ ਪੈਸਾ ਬੜਾ ਲੱਗਦਾ ਜੀ ਇਹਨਾਂ 'ਤੇ ਜੀ ਤੋ ਇੰਨਾ ਪੈਸਾ ਸਾਡੇ ਕੋਲ ਹੈ ਨਹੀਂ ਕਿਉਂਕਿ ਸਾਡੇ ਕੋਲ ਤਾਂ ਇੱਕ ਟਾਈਮ ਪਾਸ ਹੀ ਆ ਬਹੁਤ ਮੁਸ਼ਕਲ ਗਰੀਬੀ ਦੇ ਕਾਰਨ ਮੈਂ ਆਪਣਾ ਸਮਾਨ ਰੱਖੀ ਬੈਠਾ ਕਿਸੇ ਨੇ ਮਦਦ ਸਾਨੂੰ ਕਿਸੇ ਨੇ ਅੱਜ ਤੱਕ ਬਿਲਕੁਲ ਨਹੀਂ ਕਰੀ ਜੀ ਬਸ ਮੇਰੇ ਦੋਸਤ ਹੈਗਾ ਜੀ ਉਹ ਸਾਨੂੰ ਮਦਦ ਮਾੜੀ ਮੋਟੀ ਕਰ ਦਿੰਦੇ ਆ ਇਹ ਅੰਗਰੇਜ਼ਾਂ ਦੇ ਰਾਜ ਦੇ ਧਾਮੇ ਆ ਜੀ ਧਾਮਾ ਕਿਆ ਧਾਮਾ ਮਤਲਬ ਸਬਜ਼ੀ ਰੱਖਣ ਵਾਲਾ ਉੱਤੇ ਇਹਦੇ ਢੱਕਣ ਥੱਲੇ ਆ ਜਾਂਦਾ ਥੱਲੇ ਗਰਮ ਕਰਕੇ ਅੱਛਾ ਜਿਸ ਤਰ੍ਹਾਂ ਅੱਜ ਕੱਲ੍ਹ ਆਪਣੇ ਵਿਆਹਾਂ ਹਾਂਜੀ ਵਿਆਹਾਂ ਸ਼ਾਦੀ ਇਹ ਪਟਿਆਲੇ ਜਿਵੇਂ ਬੀਕਾਨੇਰ ਦੇ ਰਾਜੇ ਹੁੰਦੇ ਸੀ ਜੀ ਪਹਿਲਾਂ ਰਾਜਿਆਂ ਦੇ ਦਰਬਾਰ ਵਿੱਚ ਕਿਲਿਆਂ ਦੇ ਵਿੱਚ ਹੁੰਦੇ ਸੀ ਜੀ ਇਹ ਬਰਤਨ ਅੱਛਾ ਇਹ ਰਾਜਸਥਾਨ ਬੀਕਾਨੇਰ ਦੇ ਜ਼ਿਲ੍ਹੇ ਵਿੱਚੋਂ ਆਇਆ ਹੋਇਆ ਜੀ ਇਹ ਥਵੇਂ ਕਿੰਨੇ ਕਾ ਲਿਆ ਇਹ ਉਦੋਂ ਮੈਂ 7-8 ਹਜ਼ਾਰ ਦਾ ਲਿਆ ਸੀਗਾ ਜੀ ਮੇਰੇ ਖਿਆਲ ਜੀ ਇਹ ਪਿੱਤਲ ਦਾ ਵਜ਼ਨਦਾਰ ਬਹੁਤ ਆ ਜੀ ਪਿਓਰ ਪਿੱਤਲ ਆ ਜੀ ਇਹ 1947 ਤੋਂ ਪਹਿਲਾਂ ਦੇ ਬਰਤਨ ਆ ਜੀ ਸਾਰੇ ਜੀ ਇਹ ਬਰਤਨ ਹੋਰ ਬੜੇ ਪਏ ਅੱਛਾ ਥਵੇਂ ਜਿਤਨਾ ਦੱਸ ਰਹੇ ਆ ਵੀ ਗਰੀਬੀ ਆ ਬੜੇ ਮਸਲੇ ਐ ਕੱਪੜਾ ਕਰਾਂ ਸਿਲਾਈ ਕਰਾਂ ਹਣੀ ਹਾਂਜੀ ਹਾਂਜੀ ਫਿਰ ਪੈਸੇ ਕਿਸ ਤਰ੍ਹਾਂ ਮਤਲਬ ਘਰ ਕੇ ਨਹੀਂ ਪੁੱਛਦੇ ਵੀ ਯਾਰ ਇੰਨੇ ਪੈਸੇ ਨਹੀਂ ਜੀ ਮੈਂ ਘਰੇ ਕੋਈ ਕਮੀ ਨਹੀਂ ਆਉਣ ਦਿੰਦਾ ਜੀ ਅੱਛਾ ਹਾਂ ਬਿਲਕੁਲ ਨਹੀਂ ਘਰੇ ਕਮੀ ਨਹੀਂ ਆਉਣ ਦਿੰਦਾ ਤੇ ਵੀ ਆਪਦਾ ਟਾਈਮ ਪਾਸ ਵੀ ਸੋਹਣਾ ਕਰਦੇ ਆ ਘਰੇ ਬਿਲਕੁਲ ਨਹੀਂ ਦਿੱਕਤ ਆਉਣ ਦਿੰਦਾ ਜੀ ਇਹ ਸ਼ੌਕ ਵੀ ਆਪਣਾ ਪੂਰਾ ਕਰਦਾ ਜੀ ਤੁਹਾਨੂੰ ਕਿੱਥੇ ਤੇ ਮਿਲਿਆ ਇਹ ਜੀ ਵੀ ਪੈਸੇ ਨੇ ਜੀ ਨਹੀਂ ਨਹੀਂ ਕਿਹੜੀ ਜਗ੍ਹਾ ਤੇ ਮਿਲਿਆ ਤੁਹਾਨੂੰ ਇਹ ਬੀਕਾਨੇਰ ਜ਼ਿਲ੍ਹੇ ਚੋਂ ਮਿਲਿਆ ਜੀ ਅੱਛਾ ਉੱਥੇ ਲੈ ਗਏ ਹਾਂਜੀ ਬੀਕਾਨੇਰ ਜ਼ਿਲ੍ਹੇ ਚੋਂ ਮਿਲਿਆ ਜੀ ਇਹ ਉੱਥੇ ਕੋਈ ਰਾਜੇ ਮਹਾਰਾਜਿਆਂ ਤੋਂ ਮਤਲਬ ਗਾਹਾਂ ਦੀ ਗਾਹਾਂ ਜੇ ਭਾਂਡੇ ਨੁਮਾਇਸ਼ ਲੱਗਦੀ ਆ ਉਹ ਉਹਨਾਂ ਤੋਂ ਲਏ ਜਾਂਦੇ ਜੀ ਕੋਈ ਮਾੜੇ ਮੋਟੇ ਜੀ ਉੱਧਰ ਜ਼ਿਲ੍ਹੇ ਜੈਪੁਰ ਜੋਧਪੁਰ ਅਜਮੇਰ ਪੁਸ਼ਕਰ ਨਰੇਚੇ ਕਲੈਤ ਉੱਧਰੋਂ ਜੀ ਸਾਰੇ ਪੁਰਾਣੇ ਗ੍ਰੰਥ ਸਿੱਖਿਆ ਦੀ ਬਾਤ ਕਰ ਰਹੇ ਸੀ ਗ੍ਰੰਥ ਕਿਆ ਚੀਜ਼ ਹੈ ਸ੍ਰੀ ਗੁਰੂ ਨਾਨਕ ਦੇਵ ਸਾਖੀਆਂ ਭਗਵਤ ਦੇ ਗ੍ਰੰਥ ਹੋਰ ਕਿਤਾਬਾਂ ਬੜੀਆਂ ਉਹ ਕਿੱਥੇ ਪਈਆਂ ਉਹ ਕਿਤਾਬਾਂ ਜੀ ਇਹ ਬੋਰੀ ਆ ਜੀ ਭਰੀ ਪਈ ਆ ਜੀ ਜੇ ਇੱਕ ਇੱਥੇ ਲਿਫਾਫਾ ਜੀ ਪਾ ਰੱਖੇ ਪਏ ਆ ਜੀ ਕਿਉਂਕਿ ਹੁਣ ਇਸ ਟਾਈਮ ਸਾਰੇ ਤੁਹਾਨੂੰ ਦਿਖਾ ਵੀ ਦੇਵਾਂਗੇ ਲਿਫਾਫੇ ਪਾ ਰੱਖੇ ਪਏ ਆਹ ਪਏ ਲਿਫਾਫੇ ਜੀ ਪਏ ਆ ਜੀ ਜੋ ਟਾਈਮ ਲੈ ਕੇ ਕੱਢਦੇ ਹਾਂ ਅਸੀਂ ਅਤੇ ਸ੍ਰੀ ਗੁਰੂ ਨਾਨਕ ਇਹ ਲਾਹੌਰ 'ਚ ਮੁਨਸ਼ੀ ਰਾਮ ਲਾਹੌਰ ਉੱਤੇ ਲਿਖਿਆ ਜੀ ਲਾਹੌਰ ਦੇ ਬਣੇ ਵੇ ਗ੍ਰੰਥ ਆ ਜੀ ਕਿਹੜੀ ਬੋਰੀਆਂ ਪਈਆਂ ਵਿੱਚ ਕੱਢ ਕੇ ਦਿਖਾਇਆ ਪਤਾ ਉਹ ਸਾਨੂੰ ਕੋਈ ਨਾ ਜੀ ਕੱਢਾਂਗੇ ਜੀ ਅਸੀਂ ਪਹਿਲਾਂ ਇੱਧਰ ਤੁਸੀਂ ਆਪਾਂ ਤੁਹਾਨੂੰ ਸਾਖੀਆਂ ਦਿਖਾ ਦਿੰਦੇ ਕਹੋ ਤਾਂ ਜੀ ਸਾਖੀਆਂ ਕਿੱਥੇ ਦਿਖਾਇਆ ਸ੍ਰੀ ਗੁਰੂ ਨਾਨਕ ਦੇਵ ਸਾਖੀਆਂ ਜੀ ਪੁਰਾਣੀਆਂ ਉਹ ਵੀ ਹਾਂਜੀ ਹਾਂਜੀ ਕਿੱਸੇ ਸੁੱਚੇ ਸੂਰਮੇ ਦੇ ਕਿੱਸੇ ਵੀ ਹੈ ਜੀ ਜੋ ਕਿ ਸੁੱਚਾ ਸੂਰਮਾ ਇੱਥੋਂ ਸਿਰਫ 2-2.5 ਕਿਲੋਮੀਟਰ 'ਤੇ ਪਿੰਡ ਸਮਾਸ ਸੀ ਅਤੇ ਗਹਿਰੀ ਭਾਗੀ ਨਾਨਕੇ ਸਾਡਾ ਪਿੰਡ ਅਤੇ ਮਹਿਤ ਗਹਿਰੀ ਭਾਗੀ ਇੱਕ ਪਿੰਡ ਹੀ ਹੈ ਜੀ ਗਹਿਰੀ ਭਾਗੀ ਅਤੇ ਮਹਿਤਾ ਜੀ ਸੁੱਚਾ ਸੂਰਮਾ ਜਦੋਂ ਇਹਨੇ ਗਊਆਂ ਛੜਵਾਈਆਂ ਸੀ ਇਹ ਰੌਲੇ ਰੱਪੇ ਪਏ ਆ ਜੀ ਉਹਨਾਂ ਦੇ ਪਿੰਡ ਮੈਂ ਲਾਊਡ ਸਪੀਕਰ ਵੀ ਲਾ ਕੇ ਆਇਆ ਬੜੇ ਸੋਹਣੇ ਪਿੰਡ ਆ ਜੀ 5-5-6-6 ਦਿਨ ਅਤੇ ਸੁੱਚੇ ਸੂਰਮੇ ਨੂੰ ਫਾਂਸੀ ਦਿੱਤੀ ਸੀ ਇੱਥੋਂ ਸਿਰਫ 2-2.5 ਕਿਲੋਮੀਟਰ 'ਤੇ ਜੀ ਮਤਲਬ ਉਹ ਪਿੰਡ ਨਾਲ ਗਹਿਰੀ ਭਾਗੀ ਅਤੇ ਮਹਿਤਾ ਨਾਲ ਨਾਲ ਹੀ ਆ ਦੋਨੋਂ ਸੈਂਟਰ 'ਚ ਹੀ ਪੈਂਦਾ ਜੀ ਉਹ ਜਗ੍ਹਾ ਅਤੇ ਅੱਜ ਮੈਂ ਤੁਹਾਨੂੰ ਇਹ ਕਿਤਾਬਾਂ ਸਾਖੀਆਂ ਜੀ ਕਹੂੰ ਆ ਮੇਰੇ ਕੋਲ ਪਏ ਆ ਜੀ ਗ੍ਰੰਥ ਮਾੜਾ ਜਿਹਾ ਦਿਖਾ ਦਿਓ ਬਹੁਤ ਹੀ ਚੱਕਣੀ ਲਓ ਵਾਹ ਜੀ ਵਾਹ ਆ ਜੀ 1914 ਦੀ ਹੀਰ ਬਾਰੇ ਸ਼ਾਹ ਦੀ ਲਿਖੀ ਅੱਛਾ ਇਹ ਦੇਖੋ ਜੀ 14 ਛਪੀ ਹੈ
हाँ जी हीर का किस्सा पाड़ दे। बहुत बिरध हुई पी है जी 1914 के हीर बारे शाह लिखा पै जी, देखो नेड़े लियाओ जी कैमरा 1914 क्योंकि बहुत पुरानी हुई पी है जी ये बिरध आ वरके पाड़ दे। देखो जी कितने मिली थानू ये सारे लाहौर के ग्रंथ बने पे जी। ये साडा दोस्त सी रणधीर सिंह गिलपत्ती प्रेस रिपोर्टर ने उन्हें दी सानू निशानी आ फड़ो ऐ रखी रखो। आ सुन एक मैं चीज़ होर दिखाउण जा रहा जी, ये भगवत का ग्रंथ है जी ये लाहौर च बनया जी। तुसी अज कल ग्रंथ जिहड़े पढ़ोगे किन्ने मतलब उन्हां विच ग्रंथां दे विच हाँ जी जिहड़े ग्रंथां विच तुसी देखोगे फतेह बुलाई नहीं मिलती भी वाहिगुरू जी खाल भगवत का ग्रंथ है जरा भी वाहिगुरू जी का खालसा वाहिगुरू जी फतेह इन्ह ग्रंथा में फतेह बुलाई देखो ये किसी गुरसिख बंद लिखे लाहौर के जी देखो जी श्री वाहिगुरू जी हाँ जी तो एड्रैस भी पे जी आरकों के उत्ते हूँ वरके उल्ट नहीं रहे ये देखो जी ए फड़ी रखो एक मिनट एक सौ मैं श्री गुरु नानक देव की साखी दिखा जी ये भी लाहौर की बनी है जी ये साखी आ देखो जी जिथे जिथे श्री गुरु नानक देव जी गए ने ते उथे उथे ये साखियां लाहौर दियां बनियां बहुत पुराने हो पे जी ग्रंथ ये क्योंकि जे बाले खोलदे आ तो यह कागज बाले बोदे हुए पे इन्हां दे जी मेरे शौक तौर पर बाले खोलदा जी जदों पढ़दे आ जी असीं शौक तौर पर शौक आ सानूं रखण दा ते पढ़न दा भी जी मतलब के पंजाबी उस लिपि के विच हिंदी लिखी भी है कमाल श्री गुरु नानक साखी दिखाती है लो जी इत पे बिरध हुए पे बाले रेता पै गया सिक्के अपने केड़े केड़े सिक्के है सिक्कियां दा कोई था ही नहीं जी मेरे को बड़े पुराने सिक्के पे ने जी केड़े केड़े राज देखो जी पहले तो असी नोट दिखाने जी देखो जी ये असली है सारे हाँ जी असली है जी नकली कोई नहीं जी नकली दे लाते इकट्ठे करके केड़े मतलब के देश के सिक्के हैं ये कोई जापान कोई सिंगापुर मलेशिया कनेडा अमेरिका सऊदी बहरीन मलेशिया कुल मुल्कां दे सिक्के है जी अपने पंजाबी भगत सिंह वेले दे नोट भी हैगे जी ए पए है जी उर्दू जी ए दा सारे बहुत पैसे है इन्हां की बड़ी कमाई हो जाएगी बस एक शौक है जी ये 1000 रुपया केड़े उसका 1000 लिखा हुआ है ये बाहर दा जी मतलब ये हो सकदा इहदी फोटो सेट कराई होवे 1000 रुपये दे नोट हाँ जी फोटो सेट शायद पता नहीं हाँ जी हाँ जी विदेशी नोट है जी मेरे ख्याल ये और रेडियो लसेंस भी पाया जी रेलवे दी टिकटां भी पईयां जी इहदे फिट अपने हरेक तरह का नोट करंसी पुरानी मेरे को हरेक तरह के नोट पे है जी देखो जी साढ़े सिख राज दी टिकटां ते श्री गुरु अर्जन देव जी हथ लिखत जी दशम पातशाह जी फोटो ये फोटो सेटा जी अपने सिख राज दी टिकटां देखो जी देखो जी सिख राज की टिकटां कड़ियां इहदे विच लगियां जी जिन्ने भी अपने सिख राज आए ने सिख राज एक रुपये वाला स्टाम आ श्री गुरु अर्जन देव जी हथ लिखता जी इन्हों की फोटो स्टेट है ये एक हो सामने पास पई है जी ए देखो जी क्या चीज है भांडा क्या चीज इसमें ढक लगे ये डब्बा जी रोटियां रखने वाला ये 1947 तो पहला दे जी चक्यो अच्छा रोटियां वाला डब्बा हाँ जी रोटियां डब्बा जी ये खोले बहुत खुलता नहीं है फिर टैड हो जू बिच कागज पत्तर बाल लेंगे हूं ना इसमें कुछ रख दे बस हाँ ये देखो जी हाँ जी अच्छा वो भांडे बहुत कमाल पे सारे हाँ जी हूँ जी देखो जी सुनो मैं सिक्के दिखाने जा रहा जी आ जाओ सिक्के मैं लिफाफे जी मेरे को डब्बे पापा रखे पे बाले कुछ सारे बक्से जो बनाने पेंदे ना अजक 2000 तो घट कोई बक्सा नहीं पैदा इन्ने साडे कोल पैसे नहीं तो मदद सानू किसी पास देखो जी सिक्के बड़े पुराने पे आ होर सिक्के बहुत पे जी साडे कोल जी देखो जी बल्ले बल्ले दिखाओ इधर आ देखो जी नेड़े के जी चक्के नहीं आने इधर नहीं चक बस नेड़ी आ गई छोड़ ले हरमन ओ बक्से भी पे उत्ते शीशे शीशे टूटे बड़े सिक्के सुन दिखाने जी पूछ के लेना मैं जाके वो छोटे वाले दिखा दो हाँ जी ये कितने इकट्ठे करे थाने बहुत दूरो दूरो जी अच्छा हाँ जी अली बाबा वाला खजाना हो रहे था हाँ जी ते सिक्के मैं सुन होर भी दिखाने जाना जी वो पे जेड़े दिखाओ
ਬੜੇ ਸੁੱਕੇ ਪਏ ਜੀ, ਬਕਸੇ ਭਰੇ ਪਏ ਜੀ। ਆਹ ਰੱਖੋ ਜੀ, ਇਹ ਦਿਖਾਓ, ਇੱਧਰ ਰੱਖੋ, ਇੱਥੇ ਚੈਨ ਦਿਓ, ਇੱਕ ਨਾ ਵੀਡੀਓ ਬਣਦੀ ਇਹਨਾਂ ਦੀ। ਹੈਲੋ, ਠਹਿਰ ਜਾਓ, ਹੈਲੋ ਜੀ, ਹੈਲੋ ਜੀ, ਫੜੋ ਹੱਥ ਜੀ, ਲਓ ਜੀ। ਵਾਹ ਜੀ, ਹਜੇ ਸਿੱਕੇ ਬਹੁਤ ਪਏ ਆ ਜੀ, ਹਜ਼ਾਰਾਂ ਦੇ ਹਿਸਾਬ ਨਾਲ ਮੇਰੇ ਕੋਲ ਸਿੱਕਾ ਪਿਆ। ਮਿੱਟੀ ਦੇ ਬੜੀਆਂ ਸੀਟੀਆਂ ਬਰਤਨ ਪਏ ਆ, ਤੁਹਾਨੂੰ ਦਿਖਾਵਾਂਗੇ। ਮਿੱਟੀ 'ਚ ਕਲਾ ਹੋਈ ਆ ਜਿਹੜੀ ਸਾਡੇ ਕੋਲ ਪਈ ਆ ਜੀ। ਸਿੱਕੇ ਬਹੁਤ ਸਿੱਕੇ, ਬੜੇ ਸਿੱਕੇ ਪਏ ਆ ਜੀ ਮੇਰੇ ਕੋਲ, ਹਜੇ ਵੱਡਾ ਲਿਫਾਫਾ ਜਿਹਾ ਪਾ ਰੱਖੇ ਪਏ ਨੇ। ਇਹ ਬਕਸਾਂ 'ਚ ਵੀ ਸਿੱਕੇ ਆ ਜੀ, ਅਤੇ ਥੱਪਣੇ ਆਪਣੇ ਰੋਟੀਆਂ ਪਕਾਉਣ ਵਾਲੇ ਜੀ। ਅੱਛਾ, ਇਹ ਕੀ ਚੀਜ਼ ਹੈ? ਇਹ ਰੋਟੀਆਂ, ਇਹਨਾਂ ਰੋਟੀ। ਅੱਛਾ, ਉਹ ਤੰਦੂਰ, ਇਹ ਰੋਟੀਆਂ ਪਕਾਉਣ ਵਾਲੇ ਥੱਪਣੇ ਜੀ, ਪੁਰਾਣੇ ਪਹਿਲਾਂ ਵਾਲੇ ਮਾਈਆਂ ਵਾਲੇ। ਤੰਦੂਰ ਮਾ ਪਾਉਂਦੇ ਤੇ ਜਦੋਂ? ਨਹੀਂ ਜੀ, ਜੇ ਉਦੋਂ ਪਹਿਲਾਂ ਇਹ ਰੋਟੀ ਇੱਥੇ ਪਕਾਈ ਜਾਂਦੀ ਜੀ ਇਸ 'ਤੇ। ਅੱਛਾ, ਦੂਏ ਲੋਟ, ਠੀਕ ਹੈ, ਪੁਰਾਣੀਆਂ ਬੁੜੀਆਂ ਤਵੇ ਵਾਲਾ ਕੰਮ। ਹਾਂਜੀ ਹਾਂਜੀ, ਨਹੀਂ ਤਵੇ ਵਾਲਾ ਕੰਮ ਨਹੀਂ ਜੀ, ਇਹ ਤਾਂ ਰੋਟੀ ਥੱਪੀ ਜਾਂਦੀ ਚਕਲਾ ਪੁਰਾਣਾ। ਸਮਝ ਗਿਆ, ਮੈਂ ਸਮਝ ਗਿਆ, ਜਿਵੇਂ ਚਕਲਾ ਵੇਲ ਨਾਲ ਕਹਿੰਦੇ ਜੀ, ਇਹ ਹੱਥ ਨਾਲ ਰੋਟੀ ਥੱਪੀ ਜਾਂਦੀ ਜੀ। ਇਹ ਮਿੱਟੀ ਦੇ ਆ ਜੀ ਭਾਂਡੇ, ਮਿੱਟੀ ਵਾਲੇ ਬੜੇ, ਥੇਹਾਂ ਵਾਲੇ ਭਾਂਡੇ ਬੜੇ ਪਏ ਜੀ ਮੇਰੇ ਕੋਲੇ। ਅੱਛਾ, ਥੇਮਾ ਦੇ ਹੋਰ ਕਿਹੜਾ ਭਾਂਡਾ ਦੇਖੋ? ਉਹ ਪਏ ਲਿਫਾਫਾ ਤੁਹਾਨੂੰ ਦਿਖਾਵਾਂਗੇ ਜੀ, ਅਤੇ ਹੁਣ ਤੁਹਾਨੂੰ ਮੈਂ ਦਿਖਾਓ ਜੀ, ਦਿਖਾਓ। ਉਹ ਗੱਡਾ ਤਾਂ ਨੇ ਬਣਵਾਇਆ ਵਾ ਜਿਹੜਾ ਗੱਡਾ ਪਿਆ, ਇਹ ਗੱਡਾ ਜੀ ਬਹੁਤ ਪੁਰਾਣਾ ਜੀ, 15-20 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਜੀ। ਇਹ ਕਿਹਨੇ ਬਣਾਇਆ ਤਾ? ਇਹ ਕੋਈ ਮਿਸਤਰੀ ਸੀ ਪੁਰਾਣਾ, ਬੜੇ ਸ਼ੌਂਕ ਵਾਲੀ ਚੀਜ਼ ਆ ਜੀ ਇਹ ਗੱਡਾ, ਦਿਖਾਇਓ, ਕਿਉਂਕਿ ਇਹਦੇ ਉੱਤੇ ਸਮਾਨ ਪਿਆ ਜੀ ਗੱਡੇ 'ਚ। ਮੈਂ ਦੱਸੋ ਕਿਆ ਇਹ ਕਰੇ ਦੇ, ਆਪਾਂ ਰੇਟ ਤਾਂ ਨਹੀਂ ਕਿਹਾ ਇਹਦੇ ਮੈਂ। ਹਾਂਜੀ, ਆਹ ਦੇਖੋ ਜੀ, ਗੱਡਾ ਬੜਾ ਸੋਹਣਾ ਪਿਆ ਜੀ ਇਹ। ਠੀਕ ਹੈ ਜੀ, ਕਿਉਂਕਿ ਇਹਨਾਂ 'ਚ ਕਿਆ ਦਿਖਾਇਓ ਇਹਨਾਂ ਜੀ, ਆਹ ਲਿਫਾਫੇ ਦਿਖਾਉਣਾ ਜੀ। ਇੱਕ ਮਿੰਟ ਮਿੰਟ ਇੱਕ ਮਿੰਟ ਬੰਦ ਕਰ ਲਓ ਕੈਮਰਾ, ਤੁਹਾਨੂੰ ਕੋਈ ਮੁੱਦਾ ਨਹੀਂ। ਹਾਂਜੀ, ਬੜੀਆਂ ਖੇਡਾਂ ਖੁੱਡਾਂ ਪਈਆਂ ਨੇ ਮਿੱਟੀ ਦੀਆਂ, ਤੁਹਾਨੂੰ ਮਿੱਟੀ ਦੀਆਂ ਥੇ ਚੀਜ਼ਾਂ ਦਿਖਾਉਣੇ ਆ। ਅੱਛਾ, ਇਹ ਕੀ ਚੀਜ਼ ਬਣਾਈ ਜੀ? ਇਹ ਮਿੱਟੀ ਦੇ ਜੀ ਸੀਟੀਆਂ, ਆਹ ਦੇਖੋ ਜੀ, ਇਹ ਥੇਹਾਂ ਵਾਲੇ ਭਾਂਡੇ ਵੀ ਵਿੱਚੀ ਆ ਜੀ। ਇਹ ਦੇਖੋ, ਨਾਲ ਹੀ ਨਾਲ ਘੁੱਗੂ ਘੋੜੇ ਬਣਾਏ ਜੀ, ਆਹ ਦੇਖੋ ਜੀ, ਮਿੱਟੀ ਵਾਲੀ ਸਿਟੀ ਦਾ ਕਮਾਲ ਹੈ। ਹਾਂਜੀ ਹਾਂਜੀ, ਆਹ ਦੇਖੋ ਜੀ, ਬਰਤਨ ਇਹ ਥੇਹਾਂ 'ਚੋਂ ਨਿਕਲੇ ਵੇ ਜੀ, ਬੜਾ ਵਜਣਾ ਇਹਨਾਂ ਦਾ, ਹੌਲਾ ਵਜਣਾ ਦੇਖੋ। ਇਹ ਧਰਤੀ ਥੇਹ ਹੋ ਜਾਂਦੀ ਹੈ, ਪਿੰਡ ਗਰਕ ਜਾਂਦੇ ਆ, ਉਹ ਚੀਜ਼ਾਂ ਨੇ ਜੀ ਇਹ। ਆਹ ਦੇਖੋ ਜੀ, ਕਮਾਲ ਹੈ ਜੀ, ਥਰੇ ਵਾ ਤਾਂ ਬਹੁਤ ਹੋ। ਆਹ ਦੇਖੋ ਜੀ, ਥੇਮਾ ਦੇ ਸਮੇਂ ਕਿਹੜੇ ਥੇਮਾ ਦੇ ਲਗਾਏ ਨੇ? ਇਹ ਪੁਰਾਣੀਆਂ ਥੇਹਾਂ 'ਚੋਂ ਜੀ, ਸੁੱਕੂ ਇੱਧਰ ਜਾ। ਆਹ ਦੇਖੋ ਜੀ, ਇਹ ਸਾਰੇ ਮਿੱਟੀ ਦੇ ਬਰਤਨ ਆ ਜੀ। ਉਹ ਤਾਂ ਕਮਾਲ ਹੈ, ਉਹ ਮਿੱਟੀ ਵਾਲਾ ਉਹ ਬਣਿਆ ਵਾ, ਕਿਆ ਕਹਿੰਦੇ ਨੇ, ਚਿਰਾਗ ਜੀ ਨਾ ਉਹ। ਹਾਂਜੀ, ਇਹ ਅਲਾਦੀਨ ਦਾ ਚਿਰਾਗ ਉਹੀ ਹੈ ਜੀ, ਉਹ ਇਹ ਚੱਕੀ। ਹਾਂਜੀ, ਹੋ ਸਕਦਾ ਜੀ, ਆਹ ਚੱਕੀ ਆ ਜੀ, ਦੇਖੋ ਐਂ ਚੱਲਦੀ ਆ ਮੈਂ ਜੇਕਰ ਇਸ ਲੋਟ 'ਤੇ ਜੀ। ਹੱਥ ਦੀਆਂ ਮਿੱਟੀ ਦੀਆਂ ਖੇਡਾਂ ਬਣੀਆਂ ਜੀ ਸਾਰੀਆਂ, ਇਹ ਚੀਜ਼ਾਂ ਅਲੋਪ ਹੋ ਚੁੱਕੀਆਂ ਚੁੱਕੀਆਂ ਜਾ ਰਹੀਆਂ ਜੀ। ਇਹ ਤਾਂ ਕਮਾਲ ਹੈ, ਮਿੱਟੀ ਵਾਲੀ ਸੀਟੀ, ਮਿੱਟੀ ਵਾਲੀ ਖੇਡਾਂ। ਹਾਂਜੀ ਹਾਂਜੀ ਹਾਂ, ਉਹ ਅਲਾਦੀਨ ਦਾ ਚਿਰਾਗ ਵਾਲਾ। ਹਾਂਜੀ 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 ਹਾਂਜੀ, ਇਹ ਕੋਈ ਪਤਾ ਨਹੀਂ ਜੀ, ਅਰਬਾਂ ਕਰੋੜਾਂ ਵਰੇ ਪੁਰਾਣੀਆਂ ਥੇ ਹੋਈਆਂ ਜਿਹੜੀਆਂ, ਇਹ ਉਹ ਬਰਤਨ ਨੇ ਜੀ ਇਹ ਜਿਹੜੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ। ਆਹ ਭਾਂਡੇ ਆ ਜਿਵੇਂ, ਆਹ ਦੇਖੋ ਵਜਨ ਬੜਾ ਹੌਲਾ, ਤੁਸੀਂ ਇਹਨਾਂ ਦਾ ਵਜਨ ਦੇਖੋ, ਵਜਨ ਦੇਖੋ, ਕਾਗਜ਼ ਲੱਗ ਰਿਹਾ। ਹਾਂਜੀ ਬਿਲਕੁਲ ਕਾਗਜ਼ ਲੱਗਦੇ, ਅੱਜ ਜਿਹੜੇ ਪਰਜਾ ਪੱਤ ਬਣਾਉਂਦੇ ਜੀ ਘੁਮਿਆਰ ਜੀ, ਮਿੱਟੀ ਦੇ ਭਾਂਡੇ ਕਹਿੰਦੇ ਹੁੰਦੇ, ਮਿੱਟੀ ਮੁਸਲਮਾਨ ਪੇੜੇ ਪਾਵੇ ਘੁਮਿਆਰ ਜੀ ਭਾਂਡੇ, ਅਤੇ ਇਹ ਉਹ ਭਾਂਡੇ, ਵਜਨ ਦੇਖੋ ਇਹਨਾਂ ਦਾ ਕਿੰਨਾ ਹੌਲਾ ਵਜਣਾ, ਤਾਂ ਕਮਾਲ ਹੈ। ਹਾਂਜੀ, ਇਹ ਬਿਲਕੁਲ ਜੀ ਬਹੁਤ ਵਜਨ ਹੌਲਾ ਜੀ ਇਹਨਾਂ ਦਾ। ਇਹ ਹੱਥ ਦੀ ਕਲਾ ਉਸ ਸਮੇਂ ਬਹੁਤ ਹੁੰਦੀ ਸੀਗੀ, ਮਿੱਟੀ ਵਾਲੀ ਸੀਟੀ। ਹਾਂਜੀ, ਇਹ ਦੇਖੋ ਜੀ, ਅਸੀਂ ਬਨਾਰਸ ਕਾਸ਼ੀਪੁਰੀ ਗਏ ਸੀਗੇ ਜੀ ਉੱਥੋਂ, ਇਹ ਭਗਤ ਰਵੀਦਾਸ ਜੀ ਦੀ ਤਸਵੀਰ ਹੈ ਜੀ, ਇਹ ਉੱਥੋਂ ਅਸੀਂ ਲੈ ਕੇ ਆਏ ਜੀ। ਇੱਥੋਂ ਮੇਰੇ 3-4 ਹਜ਼ਾਰ ਕਿਲੋਮੀਟਰ ਪੈਂਦੇ ਜੀ, ਇਹ ਅਸੀਂ ਸ਼ੌਂਕ ਤੌਰ 'ਤੇ ਉੱਥੋਂ ਹੀ ਬੜੀਆਂ ਚੀਜ਼ਾਂ ਲਿਆਉਂਦੀਆਂ ਜੀ, ਮੇਰੇ ਕੋਲ ਬੜਾ ਕੁਛ ਪਿਆ ਜੀ ਉੱਥੋਂ ਦਾ ਲਿਆਂਦਾ। ਆਹ ਦੇਖੋ, ਉਰਦੂ 'ਚ ਕੌਲੀ ਦੇ ਉੱਤੇ ਉਰਦੂ ਦੇ ਅੱਖਰ ਆ ਜੀ, ਇਹ ਦੇਖੋ ਜੀ, ਆਹ ਦੇਖੋ ਇਹਦੇ ਉਰਦੂ ਦੇ ਅੱਖਰਾਂ, ਸਾਰੀ ਕੌਲੀ ਉਰਦੂ ਦੇ ਅੱਖਰਾਂ ਦੀ ਹੈ ਜੀ, ਹੈ ਜੇ ਭਾਂਡੇ ਉਰਦੂ ਦੇ ਵਾਲੇ ਵੀ ਪਏ ਆ ਜੀ। ਆਹ ਦੇਖੋ ਜੀ, ਨੇੜੇ ਕਰੋ ਜੀ, ਇਹ ਬਿਲਕੁਲ ਅਤੇ ਉਰਦੂ ਦੇ ਵਿੱਚ ਉਵੇਂ ਜੇਕਰ ਜੀ ਅੱਖਰ ਲਿਖੇ ਵੇ ਆ ਜੀ ਇਹਦੇ ਕੌਲੀ 'ਤੇ ਜੀ। ਵੱਡੇ ਭਾਂਡੇ ਵੀ ਸੀ ਕਿਸੇ ਕੋਲ ਜੀ ਉਰਦੂ 'ਚ ਅੱਖਰ ਲਿਖੇ 1947 ਤੋਂ ਪਹਿਲਾਂ ਦੇ ਜੀ, ਉਹ ਸਾਥੋਂ ਖਰੀਦੇ ਨਹੀਂ ਗਏ। ਇਹ ਦੇਖੋ ਜੀ, ਇੱਕ ਉਹ ਫੋਟੋ ਲੱਗ ਰਹੀ ਹੈ ਜੀ ਆਪਣੇ, ਸਾਰੀ ਫੋਟੋ ਜੀ, ਉਹ ਕੌਣ? ਹਾਂ ਉਹ ਜੀ, ਹਾਂਜੀ, ਉਹ ਇੱਥੇ ਇੱਕ ਮੇਲਾ ਲੱਗਿਆ ਸੀ ਜਲੰਧਰ, ਰੋਸ਼ਨ ਦਾ ਭੱਠਾ ਜੀ, ਸਾਹਿਬ ਸਿੰਘ ਸਾਬੀ
2013 ਚ ਕੁਲਦੀਪ ਮਾਨ ਜੀ ਦਾ ਮੇਲਾ ਕਰਵਾਇਆ ਸੀ ਉੱਥੇ ਦਵਿੰਦਰ ਦਿਆਲਪੁਰੀ ਨੇ ਜੀ ਜੀ ਦਲਵਿੰਦਰ ਦਿਆਲਪੁਰੀ ਤੇ ਸਾਹਿਬ ਸਾਬੀ ਤੇ ਪ੍ਰਗਟ ਸਿੰਘ ਗਰੇਵਾਲ ਤੇ ਕੁਲਦੀਪ ਮਾਨਕ ਦੀ ਯਾਦ ਤੇ ਪ੍ਰੋਫੈਸਰ ਮੋਹਨ ਸਿੰਘ ਮੇਲਾ ਵੀ ਕਰਾਇਆ ਤੇ ਕੁਲਦੀਪ ਮਾਨਕ ਦਾ ਮੇਲਾ ਵੀ ਲੱਗਿਆ ਸੀਗਾ ਜੀ ਉੱਥੇ ਜੀ ਇਹ 2013 ਦੀਆਂ ਫੋਟੋਆਂ ਜੀ ਉਹ ਸਾਹਮਣੇ ਲੱਗੀਆਂ ਪਈਆਂ ਜੀ ਉਹ ਤੁਹਾਨੂੰ ਉਹ ਸਨਮਾਨ ਦੇ ਰਹੇ ਜੀ ਉੱਪਰ ਹਾਂਜੀ ਹਾਂਜੀ ਠੀਕ ਹੈ ਜੀ ਸਨਮਾਨ ਨਾਲ ਤਾਂ ਜੀ ਅਸੀਂ ਸਾਡੇ ਕੋਲ ਬੜਾ ਕੁਛ ਪਿਆ ਉਹ ਸਾਂਭ ਨੂੰ ਜਗ੍ਹਾ ਹੀ ਨਹੀਂ ਉਹ ਪਈਆਂ ਹੀ ਖਰਾਬ ਹੋ ਜਾਣੀਆਂ ਜੀ ਸ਼ੀਲਡਾਂ ਸ਼ੂਲਡਾਂ ਖਰਾਬ ਹੋ ਜਾਣੀਆਂ ਰੀਲਾਂ ਕਿੰਨੀਆਂ ਪਈਆਂ ਪੁਰਾਣੀਆਂ ਰੀਲਾਂ ਕੈਸਟਾਂ ਅਣਗਿਣਤੀ ਹੈ ਜੀ ਉਹ ਗਾਣੇ ਦੀਆਂ ਰੀਲਾਂ ਸਾਰੀਆਂ ਕੈਸਟਾਂ ਦਾ ਅਣਗਿਣਤੀ ਪਈਆਂ ਬੜੀਆਂ ਲਫਾਫਿਆਂ 'ਚ ਪਾਪਾ ਰੱਖੀਆਂ ਵੀ ਕੁਲਦੀਪ ਮਾਨਕਾ ਤਵਾ ਵੀ ਹੈ ਕੋਈ ਤਵਾ ਪਿਆ ਕੁਲਦੀਪ ਮਾਨਕਾ ਹਾਂਜੀ ਬਹੁਤ ਰਿਕਾਰਡ ਪਏ ਜੀ ਮਾਨਕ ਦੇ ਕੁਲਦੀਪ ਮਾਨਕਾ ਸੁਣਾਇਆ ਕੋਈ ਚੰਗੜਾ ਕੱਢੋ ਲਓ ਜੀ ਕੁਲਦੀਪ ਮਾਨਕਾ ਸੁਣਾਓ ਕਿਆ ਬਾਤ ਹੈ ਬਾਜੀ ਬਹੁਤ ਕਮਾਲ ਕਿਆ ਬਾਤ ਹੈ ਅੱਛਾ ਹੋਰ ਕਿਆ ਗਿਆ ਆਪਣੇ ਪਾਸ ਖਜ਼ਾਨਾ ਸੰਗੀਤ ਦੇ ਲਿਫਾਫੇ ਭਰੇ ਪਏ ਰਿਕਾਰਡ ਦਿਓ ਦੇਖੋ ਜੀ ਉੱਧਰ ਰਿਕਾਰਡ ਬੜੇ ਪਏ ਨੇ ਕਿਉਂਕਿ ਜਗ੍ਹਾ ਬੜੀ ਚਾਹੀਦੀ ਹੈ ਜੀ ਇਹਨਾਂ ਚੀਜ਼ਾਂ ਨੂੰ ਅਤੇ ਜਗ੍ਹਾ ਦੀ ਕਮੀ ਹੋਣ ਕਰਕੇ ਤੁਹਾਨੂੰ ਅਸੀਂ ਜਿਵੇਂ ਤੁਸੀਂ ਦੱਸਿਆ ਵੀ ਆ ਅਤੇ ਕੋਈ ਮਦਦਾਂ ਸਰਕਾਰਾਂ ਕਰਿਓ ਜਾਂ ਲੋਕਾਂ ਕਰਿਓ ਨਹੀਂ ਮਿਲੀ ਅਤੇ ਲੋਕ ਕਹੇ ਕੋਈ ਮਾੜੇ ਮੋਟੇ ਪੁਰਾਣੇ ਗੀਤਾਂ ਗੂਤਾਂ ਕਰਕੇ ਲੈ ਜਾਂਦੇ ਸਾਥੋਂ ਜੀ ਦੇ ਦੇਈਦੇ ਜੀ ਪਿੰਡ ਵਾਲੇ ਇਸ ਤਰ੍ਹਾਂ ਹੀ ਸੋਚਦੇ ਬੰਦਾ ਚੱਲ ਰਿਹਾ ਵੀ ਕਿਆ ਕੁਛ ਵੀ ਨਹੀਂ ਕਈ ਵਾਰ ਇਸ ਤਰ੍ਹਾਂ ਹੀ ਹੁੰਦਾ ਕਿਵੇਂ ਜੀ ਕੋਈ ਐਵੇਂ ਸੋਚਾਂ ਬੰਦੇ ਕਹਿੰਦੇ ਯਾਰ ਇਹ ਤਾਂ ਕਿਆ ਵੀ ਕੋਈ ਬਣਦਾ ਕੁਛ ਹੈ ਨਹੀਂ ਬਸ ਆਪਦਾ ਹੀ ਸ਼ੌਂਕ ਆ ਜੀ ਇਹ ਅਸੀਂ ਮੇਲਿਆਂ ਵਿੱਚ ਜਾਂਦੇ ਹਾਂ ਜੀ ਜੋ ਕਿ ਵਿਰਾਸਤ ਮੇਲੇ ਲੱਗਦੇ ਜੀ ਪੰਜਾਬ ਦੇ ਅਤੇ ਪੰਜਾਬ ਵਿੱਚ ਲਾਊਡ ਸਪੀਕਰ ਵਿਆਹਾਂ 'ਚ ਵੀ ਲਾਉਣ ਜਾਂਦੇ ਹਾਂ ਜੀ ਇੱਥੇ ਰੱਤਾ ਖੇੜਾ ਪੰਜਾਬ ਸਿੰਘ ਵਾਲਾ 'ਚ ਝੜਾੜੀ ਪਿੰਡ ਲਾਇਆ ਪਿੰਡ ਮਨਾਲ ਲਾ ਕੇ ਆਏ ਜੀ ਛੋਟੀ ਲੀਲੋ ਪਿੰਡ ਲਾ ਕੇ ਆਏ ਜੀ ਚੰਡੀਗੜ੍ਹ ਰੋਡ 'ਤੇ ਜੀ ਬਾਕੀ ਸਾਡੇ ਪਿੰਡ ਮਿਠੜੀ ਹੈ ਜੀ ਉੱਥੇ ਲਾਇਆ ਜੀ ਅਤੇ ਰੋੜੀ ਪਿੰਡ ਲਾਇਆ ਜੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਲਾਊਡ ਸਪੀਕਰ ਮੈਂ ਅੱਜ ਵੀ ਲਾਉਣ ਜਾਂਦਾ ਜੀ ਇਹ ਇੱਕ ਮਿੰਟ ਆਪਣੇ ਵਰਿੰਦਰ ਭਾਂਡੇ 'ਚ ਫੜਾਈ ਆ ਜੱਗ ਜਿਹੜੇ ਪਏ ਤੇਰੇ ਪਾਸ ਗਲਾਸ ਫੜਾਈ ਇੱਥੇ ਨਾ ਲਾਇਓ ਲਾਇਓ ਡਿੱਗ ਵੱਜੇ ਨਾ ਜੇ ਵੱਜਿਆ ਨਾ ਮਾੜੇ ਕਿਸੇ ਦੇ ਨਹੀਂ ਨਹੀਂ ਨਾ ਗਲਾਸ ਫੜਾ ਦੇ ਕੁੰਡ ਇੱਧਰ ਦੇਖ ਇਹ ਗਲਾਸ ਭਾਂਡੇ ਕਿੱਥੇ ਲਿਆਵਾਂ ਫਿਰ ਤੁਹਾਨੂੰ ਇਹ ਗਲਾਸ ਕਦਕਾ ਇਹ ਤਾਂ ਜੀ ਬਹੁਤ ਪੁਰਾਣੇ ਗਲਾਸ ਹੈ ਦੇਖੋ ਕਿੰਨੀਆਂ ਬੇਲਾਂ ਛਾਪੀਆਂ ਜੀ ਇਹਨਾਂ ਦੇ ਉੱਤੇ ਕਿੰਨੀ ਮੀਨਾਕਾਰਾ ਕਰੀ ਹੈ ਜੀ ਹੋ ਜੱਗ ਪਏ 1947 ਤੋਂ ਪਹਿਲਾਂ ਦੇ ਜੀ ਆਹ ਵੱਡਾ ਜੱਗ ਪਿਆ ਹੋ ਉੱਠਾਂ ਦੇ ਨੌਲ ਪਏ ਹੈ ਜੀ ਨੱਚਦੇ ਹੁੰਦੇ ਉੱਠ ਜੀ ਝਾਂਜਰਾ ਇਹਦੇ ਗੋਲੀਆਂ ਕੱਢੀਆਂ ਜੀ ਕੋਈ ਖਾਸ ਗੱਲ ਨਹੀਂ ਉਹ ਤਾਂ ਵਿੱਚ ਪੈ ਜਾਂਦੀ ਕੰਚ ਦੀਆਂ ਗੋਲੀਆਂ ਵਿੱਚ ਪੈ ਜਾਂਦੀਆਂ ਜੀ ਕੀ ਬਾਤ ਹੈ ਹਾਂਜੀ ਉਹ ਕਬਾੜੀਆਂ ਨੇ ਕੱਢਤੀਆਂ ਜੀ ਵਿੱਚੋਂ ਵਜਨ ਦੇ ਕਰਕੇ ਜੀ ਕੰਚ ਦੀਆਂ ਗੋਲੀਆਂ ਸੀਗੀਆਂ ਜੀ ਆਹ ਛੋਟੇ ਛੋਟੇ ਜਿਹੜੇ ਛੋਟੇ ਛੋਟੇ ਭਾਂਡੇ ਹੈ ਇਹ ਵੀ ਵਰਤੇ ਜਾਂਦੇ ਜਦ ਹਾਂਜੀ ਪੁਰਾਣੇ ਭਾਂਡੇ ਜੀ 1947 ਤੋਂ ਪਹਿਲਾਂ ਦੇ ਵਰਤਣੀ ਹੈ ਜੀ ਸਾਰੇ ਜੀ ਇਹ ਅੱਛਾ ਤੁਹਾਨੂੰ ਕਿੱਥੇ ਤੇ ਮਿਲੇ ਇਸ ਸਮੇਂ ਕਿੱਥੇ ਟੋਲੇ ਬਸ ਜੀ ਮੇਰਾ ਸ਼ੌਂਕ ਆ ਬੜੇ ਆਪਣੀ ਗਰੀਬੀ ਦੇ ਕਾਰਨ ਵੇਚ ਚੁੱਕਿਆ ਬਥੇਰੇ ਪਏ ਆ ਜੀ ਮੇਰੇ ਕੋਲ ਲੋਕ ਆਈ ਜਾਂਦੇ ਆ ਲਿਜਾਈ ਜਾਂਦੇ ਆ ਜੀ ਇਹ ਵਰਤੇ ਵੀ ਜਾ ਸਕਾਂ ਜੇ ਇਹਨਾਂ ਨੂੰ ਵਰਤੇ ਜਾਵੇ ਹਾਂਜੀ ਹਾਂਜੀ ਬਿਲਕੁਲ ਕੁਛ ਨਹੀਂ ਹੋਇਆ ਇਹਨਾਂ ਨੂੰ ਜੀ ਮਾਜ ਲਓ ਜੀ ਨਿੰਬੂ ਨਾਲ ਜਾਂ ਲੱਸੀ ਨਾਲ ਮਾਜ ਲਓ ਰਿੱਤੇ ਨਾਲ ਜੀ ਬਿਲਕੁਲ ਸਹੀ ਹੋ ਜਾਣਗੇ ਜੀ ਅਤੇ ਦੋਸਤੋ ਜੀ ਹੁਣ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜੀ ਕੱਤਣੀ ਪੰਜਾਬ ਦੀ ਮਸ਼ਹੂਰ ਚੀਜ਼ ਆ ਉਹ ਮੈਂ ਹੁਣ ਆਪਣੇ ਟਰਾਂਕਾਂ 'ਚੋਂ ਕੱਢੂੰਗਾ ਅਤੇ ਫਿਰ ਸੂਈ ਧਾਗੇ ਨਾਲ ਤਸਵੀਰਾਂ ਉਹ ਵੀ ਦਿਖਾਵਾਂਗੇ ਜਿਹੜੇ ਵਿਆਹ ਵਿੱਚ ਦਿੰਦੇ ਹੁੰਦੇ ਸੀ ਅੱਗੇ ਦਾਜ ਵਿੱਚ ਉਹ ਚੀਜ਼ਾਂ ਦਾਜ ਬੜਾ ਵਿਰਸਾ ਅਲੋਪ ਹੁੰਦਾ ਜਾ ਰਿਹਾ ਜੀ ਦਿਖਾਓ ਜੀ ਦਿਖਾਓ ਲੈ ਜਿਵੇਂ ਆਪਣੇ ਸ਼੍ਰੀ ਗੁਰੂ ਨਾਨਕ ਜਿੱਥੇ ਦੇਖੇ ਬਹੁਤ ਦੂਰੋਂ ਦੂਰੋਂ ਇਹ ਤਸਵੀਰਾਂ ਪਈਆਂ ਜੀ ਲੋਕ ਨਹਿਰਾਂ 'ਤੇ ਸੂਏ 'ਤੇ ਇਹਨਾਂ ਨੂੰ ਸਿੱਟ ਜਾਂਦੇ ਜੀ ਦੇਖੋ ਆਪਾਂ ਨੂੰ ਇਹਨਾਂ ਨੇ ਜਨਮ ਦਿੱਤਾ ਅਤੇ ਇਹਨਾਂ ਨੇ ਆਪਾਂ ਨੂੰ ਲੋਕ ਨਹਿਰਾਂ 'ਚ ਸਿੱਟ ਜਾਂਦੇ ਸੂਏ 'ਤੇ ਜਿਵੇਂ ਆਪਣੇ ਪਾਣੀ ਦੇ ਵਿੱਚ ਜਲ ਪ੍ਰਵਾਹ ਕਰਕੇ ਅਤੇ ਤੁਰ ਜਾਂਦੇ ਜੀ ਲਿਆਓ ਜੀ ਆਹ ਇਹ ਕੀ ਚੀਜ਼ ਹੈ ਉਹ ਦੇਖੋ ਆਹ ਚੰਗਿਆੜਾ
ਬੋਤਾ ਆਲੋ ਆਲੋ ਇੱਥੇ ਰੱਖ ਲੋ ਪਾਪਾ ਲਵਾ ਤੁਸੀਂ ਮੈਂ ਬਰਕਾ ਉਲਟਦਾ ਨਾ ਆਇਆ ਉਲਟਾ ਕਿਆ ਬਾਤ ਹੈ ਓਏ ਕਢਾਈ ਕਰੇ ਕਰੇ ਦੀਆਂ ਕੁੜੀਆਂ ਚਿੜੀਆਂ ਕੱਲਾ ਨਾ ਜਾਵੀ ਖੇਤ ਨੂੰ ਕਿੱਕਰ ਤੇ ਕਾਟੋ ਰਹਿੰਦੀ ਬੰਦ ਹੈ ਸਾਰਾ ਕੁਛ ਇਹਦੀ ਚਿੰਤਾ ਨਾ ਕਰੋ ਵਾਹ ਜੀ ਵਾਹ ਬੜੀ ਖੇਚਲ ਕਰਨੀ ਪਵਾ ਜੀ ਤੁਹਾਨੂੰ ਜਾਂ ਮੇਰੇ ਵਰਗਾ ਆ ਜਾ ਕੋਈ ਤਾਂ ਬਾਈ ਸਿਰਾ ਹੀ ਹੈ ਘੁੱਦੇ ਪਾ ਤੇ ਆਏ ਜੀ ਐਵੇਂ ਰਾਤ ਘੁੱਦੇ ਪਾਈ ਤੇ ਬੁੱਧਾ ਬੰਦਾ ਵਧੀਆ ਉਹਨੇ ਚੰਗਾ ਮੈਨੂੰ ਰਾਤ ਕਟਾਈ ਉਹ ਦਿਖਾਵੇਂਗੇ ਜੇ ਇਕੱਲੀ ਇਕੱਲੀ ਚੱਕ ਕੇ ਬਸ ਕੋਈ ਨਹੀਂ ਬਹੁਤ ਹੈ ਇੰਨੀ ਦਿਖਾ ਦੇ ਜੀ ਆਪਾਂ ਵਾਹ ਵਾਹ ਜੀ ਆਹ ਜਿਹੜੀ ਮੈਂ ਕਹਿ ਰਿਹਾ ਤਾ ਉਹ ਆ ਗਈ ਪਹਿਲਾਂ ਵੀ ਇਕੱਲਾ ਨਾ ਜਾਈ ਖੇਤ ਨੂੰ ਕਿੱਕਰ ਦੇ ਕਾਟੋ ਰਹਿੰਦੀ ਜੱਟਾਂ ਦੇ ਪੁੱਤਰਾਂ ਨੂੰ ਗੋਰੀਏ ਕੁਝ ਨਾ ਕਾਟੋ ਕਹਿੰਦੀ ਹਰਮਨ ਦੇਖ ਓਏ ਮਾਨਾ ਜੀ ਛੋਟੇ ਹੁੰਦੇ ਨੇ ਦੇਖਿਆ ਇੱਕ ਮੈਂ ਹੀ ਦਿਖਾ ਦਿਆਂ ਫੋਟੋ ਇਹ ਫੋਟੋ ਮੈਂ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ ਮੈਂ ਦੇਖੀ ਹੈ ਗਾਣੇ ਬਾਰੇ ਵੀ ਦੱਸੂਗਾ ਇਕੱਲਾ ਨਾ ਜਾਵੀਂ ਖੇਤ ਨੂੰ ਕਿੱਕਰ ਦੇ ਕਾਟੋ ਰਹਿੰਦੀ ਉਹ ਗਾਣੇ ਬਾਰੇ ਹੱਸਣਗੇ ਲੋਕ ਤੇ ਆਲ ਮੈਂ ਸੁਣ ਦੁਕਾਨ ਕਢਾਈ ਕਰੇ ਕਰੀਆਂ ਕੁੜੀਆਂ ਵਿਆਹਾਂ ਭੇਜੇ ਕਰਦੇ ਲੈ ਮੈਨੂੰ ਕੱਲੀ ਕੱਲੀ ਫੋਟੋ ਫੜਾਈ ਚੱਲੋ ਕਾਂਡ ਪਰ ਰੱਖਿਆ ਹੋਇਆ ਸਾਰਾ ਕੁਝ ਹਾਂਜੀ 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 ਉਹ ਬੜਾ ਕੁਛ ਆਊਗਾ ਜੀ ਆ ਜੀ ਹੁਣ ਕੈਮਰਾਮੈਨ ਲੈ ਸੁੱਖੂ ਇੱਧਰ ਆ ਜਾਓ ਤੁਸੀਂ ਕਿੱਥੇ ਚੱਕ ਲਏ ਜਾ ਰਹੇ ਪਹਿਲਾਂ ਇਹ ਉਹ ਦੱਸੋ ਉਹ ਕਿਆ ਚੀਜ਼ ਹੈ ਮਨੁਸ਼ ਕੇ ਬਾਰੇ ਦੱਸੋ ਪਰ ਬੋਲੋ ਨਾ ਰੌਲਾ ਨਾ ਪਾਓ ਆ ਦੇਖੋ ਜੀ ਪਹਿਲਾਂ ਇਹ ਦੱਸੋ ਕਿਆ ਚੀਜ਼ ਹੈ ਚਲੋ ਇੱਧਰ ਤੁਸੀਂ ਉੱਥੇ ਬੈਠੋ ਚਲੋ ਸੁਣ ਮੈਂ ਉੱਥੇ ਕੀ ਕਹਿ ਚਲੋ ਬਾਹਰ ਭੱਜੋ ਚਲੋ 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 ਅੰਦਰ ਭੇਜ ਦਿਓ ਕੀ ਚੱਕੀ ਜਾਂਦਾ ਚਲੋ ਹੁਣ ਤੁਸੀਂ ਬਹੁਤ ਫੋਟੋ ਮੰਗ ਆ ਗਈ ਨੇ ਫੋਟੋ ਪੈਣ ਦੀਆਂ ਆ ਗਈ ਚਲੋ 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 ਫੈਰ ਚਲੋ ਭੱਜੋ ਜਾਓ ਬੁੱਕੇ ਖੇਲੋ ਚਲੋ ਭੱਜੋ ਚਲੋ ਭੱਜੋ ਚਲੋ ਆ ਲੈ ਲੋ ਆਪਸ ਹੁਣ ਛੋਟੇ ਆ ਲੈ ਬਹੁਤ ਆ ਲੋ ਚੱਕੋ ਆ ਲੈ ਆ ਇਹ ਇਹ ਕਿਆ ਸੀ ਪਹਿਲਾਂ ਇਹਦੇ ਬਾਰੇ ਦੱਸੋ ਕਿਆ ਸੀ ਜੀ ਹੁਣ ਚੰਗੇੜਾ ਨਿਕਲੇਗਾ ਇਹ ਕਿਆ ਸੀ ਇਹ ਦੋਸਤੋ ਜਦੋਂ ਲਾਤਾ ਕੈਮਰਾ ਕੈਮਰਾ ਚੱਲ ਰਿਹਾ ਜੀ ਕੈਮਰੇ ਇਹ ਜੀ ਦੋਸਤੋ ਜੀ ਉਹ ਚੀਜ਼ ਆ ਜਦੋਂ ਆਪਣਾ ਕੱਪੜਾ ਹੱਥੀ ਬੁਣਿਆ ਜਾਂਦਾ ਹੁੰਦਾ ਸੀਗਾ ਜੀ ਇਹਨੂੰ ਕੁੱਚ ਕਿਹਾ ਜਾਂਦਾ ਜੀ ਜਿਵੇਂ ਆਪਣੇ ਬੁਰਸ਼ ਦਾੜੀ ਦੇ ਵਾਲ ਕੱਲਾ ਕੱਲਾ ਮਤਲਬ ਸਾਫ਼ ਕਰ ਦਿੰਦਾ ਜੀ ਤੇ ਧਾਗੇ ਨੂੰ ਐਸ ਲੋ ਕਰਕੇ ਨਖੇੜ ਨੇ ਮਾਵਾ ਦਿੱਤਾ ਸੀ ਧਾਗੇ ਨੂੰ ਜੀ ਇਹ ਉਹ ਕੁੱਚ ਆ ਜੀ ਇਹ ਆਹ ਜਿਹਨੇ ਸੁਣੋ ਕਿ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜੀ ਅਸੀਂ ਤੁਸੀਂ ਬੜੇ ਗਾਣੇ ਵੀ ਸੁਣੇ ਹੋਣੇ ਆ ਤੇਰੇ ਭੁੱਲ ਕੇ ਬਾਗ ਵਿੱਚ ਆ ਗਈ ਵੀ ਇੱਕ ਫੁੱਲ ਤੋੜ ਲੈਂਦੇ ਹੋ ਮਾਮਾ ਸਦੀਕ ਰਣਜੀਤ ਠੀਕ ਹੈ ਜੀ ਤੇ ਇਹਦੇ ਉੱਤੇ ਕਿਸੇ ਕੁੜੀ ਨੇ ਲਿਖਤਾ ਕੰਧ ਟੱਪ ਕੇ ਗੁਲਾਬੀ ਫੁੱਲ ਤੋੜਿਆ ਵੀ ਮਿੱਤਰਾਂ ਦੇ ਬਾਗ ਦੇ ਵਿੱਚੋਂ ਵੀ ਬਾਗ ਤਾਂ ਮਿੱਤਰਾਂ ਦਾ ਹੋ ਗਿਆ ਜੀ ਕੰਧ ਟੱਪ ਕੇ ਗੁਲਾਬੀ ਫੁੱਲ ਤੋੜੇ ਮਿੱਤਰਾਂ ਦੇ ਬਾਗ ਦੇ ਵਿੱਚੋਂ ਬਾਗ ਮਿੱਤਰਾਂ ਦਾ ਕੁੜੀ ਕੰਧ ਤੁਰੇ ਕੀ ਲੈਣ ਗਈ ਜੀ ਜਦੋਂ ਬਾਗ ਹੀ ਮਿੱਤਰਾਂ ਸੀ ਇਹ ਦੇਖੋ ਜੀ ਹੁਣ ਸਾਨੂੰ ਅਸੀਂ ਤਸਵੀਰਾਂ ਦਿਖਾਉਣ ਆਹ ਦੇਖੋ ਜੀ ਕਿਹੜਾ ਕਮਾਲ ਹੈ ਆਹ ਦੇਖੋ ਜੀ ਕਿੱਕਰ ਦੇ ਕਾਟੋ ਨਿਕ ਜਿਵੇਂ ਹਾਂ ਮੈਂ ਦੱਸਿਆ ਜੀ ਤੇਰੇ ਭੁੱਲ ਕੇ ਬਾਗ ਵਿੱਚ ਆ ਗਈ ਜੀ ਆਹ ਦੇਖੋ ਜੀ ਇਹ ਵੀ ਤਸਵੀਰ ਹੈ ਜੀ ਇੱਕ ਫੁੱਲ ਤੋੜ ਲੈਂਦੇ ਹੋ ਆਹ ਦੇਖੋ ਜੀ ਇਹ ਕਢਾਈ ਕਿੱਥੇ ਤੇ ਕਢਾ ਕੇ ਲਿਆਈ ਤੁਸੀਂ ਇਹ ਬਹੁਤ ਪੁਰਾਣੀਆਂ ਤਸਵੀਰਾਂ ਜੀ ਇਹ ਤੋਤੇ ਦੀ ਤਸਵੀਰ ਹੈ ਜੀ ਇਹ ਦੇਖੋ ਆਹ ਦੇਖੋ ਜੀ ਦੇਸ਼ ਆ ਕਿਆ ਲਿਖਿਆ ਜੀ ਤੋਤੇ ਵਾਲੇ ਪਰ ਕਿਆ ਲਿਖਿਆ ਦੇਸ਼ ਬੜਾ ਕਿੱਕਰ ਦੇ ਕਾਟ ਉਹਨਾਂ ਦੀ ਕੱਲਾ ਨਾ ਜਾਮੀ ਖੇਤ ਨੂੰ ਜੀ ਇਹ ਸੂਈ ਸਾਰੀਆਂ ਤਸਵੀਰਾਂ ਕਢਾਈ ਨਾਲ ਕੋਈ ਕਿਵੇਂ ਬਣੀਆਂ ਹੋਈਆਂ ਇਹਦੇ ਹੇਠਾਂ ਇਹ ਲਿਖਿਆ ਪਤਾ ਜੀ ਫੜ ਕੇ ਸੁਣਾਈ ਇਹ ਫੋਟੋ ਪਰ ਕੀ ਲਿਖਿਆ ਵਾ ਇਹ ਬੜਾ ਅੱਛਾ ਪੰਛੀ ਹੈ ਜੀ ਦੇਸ਼ ਇਹ ਬੜਾ ਆਹ ਦੇਖੋ ਜੀ ਟਾਈਮ ਪੀਸ ਆ ਇਹ ਘੱਟੋ ਸਾਲ ਸਾਲ ਭਰ ਚ ਵਿੱਚ ਇਹ ਤਸਵੀਰਾਂ ਬਣੀਆਂ ਸੂਈ ਧਾਗੇ ਨਾਲ ਤਸਵੀਰਾਂ ਬਣੀਆਂ ਹੋਈਆਂ ਨੇ ਇਹ ਦੇਖੋ ਜੀ ਇਹ ਤਾਜ ਮਹਿਲ ਦੇਖੋ ਜੀ ਕਿੰਨਾ ਧਾਗੇ ਦਾ ਕਿੰਨਾ ਚੁੱਕਦਾ ਜਿਵੇਂ ਤਾਜ ਮਹਿਲ ਤਾਜ ਮਹਿਲ ਹਿੰਦੀ ਚ ਬੜਾ ਮਸ਼ਹੂਰ ਚੀਜ਼ ਆ ਉਸੇ ਲੋਟ ਹੀ ਆਹ ਦੇਖੋ ਜੀ ਤਾਜ ਮਹਿਲ ਬਣਿਆ ਹੋਇਆ ਆਹ ਸਰਬਨਵੀਰ ਦੀ ਤਸਵੀਰ ਹੈ ਜੀ ਬਹੁਤਾ ਬੰਨ ਲਾ ਸਰਬਨਵੀਰ ਹੈ ਮੁੰਨੀਆਂ ਰੰਗੀਲ ਗੱਡੀਆਂ ਆਹ ਦੇਖੋ ਜੀ ਇਹ ਸ਼ੇਰ ਹੈ ਜੀ ਇਹ ਸ਼ੇਰ ਵੀ ਹੱਥ ਨਾਲ ਬਣਿਆ ਸੂਈ ਧਾਗੇ ਨਾਲ ਜੀ ਇਹ ਬਹੁਤ ਟਾਈਮ ਬੜਾ ਲੱਗਦਾ ਹੁੰਦਾ ਸੀ ਆਹ ਦੇਖੋ ਜੀ ਦਿਓਰ ਭਰਜਾਈ ਨਲਕਾ ਗੇੜ ਰਹੇ ਜੀ ਇਹ ਉਹਦੀ ਤਸਵੀਰ ਆ ਥੋੜ੍ਹੀ ਜਿਹੀ ਸ਼ੀਸ਼ੇ ਵਿੱਚੋਂ
पिंगले की बेरी श्री दरबार साहब से जी बेरी है उसकी निशानी बनाई है जी। ए देखो जी ये बिल्ली की तस्वीर है जी। ए देखो जी सारी सूई धागे ने बनिया जी ये बिल्कुल जी। ये दो तोतों का जोड़ा जी देखो जी। आ श्री दरबार साहब की तस्वीर है जी सूई धागे ने बनी जी अपने अमृतसर गुरु घर दरबार साहब अमृतसर साहब जी। ये देखो जी उमें ड्यूटी है उमें पहरेदार है जी उमें सारा कुछ बनाया जी। हुण दोस्तों मैं जिहड़ी तुहानूं चीज़ां दिखाउण जा रहा बोतलां कत्तनियां हुण दिखाऊंगा। असल में बार जो है जी बिल्लियां मोर तोते सब तरक्की वाला तस्वीर बड़ी पईआं जी अपने कोल 400-500 तस्वीर पई है जी सूई धागे दे बनी। इस बार तो एक बात का होर भी पता लगा जी ना तस्वीर से भी बारे लोगों का पशु पंछी जानवर कि प्यार था। हाँ जी हाँ जी आ लो जी दिखाओ आ फड़ो कली कली उ चिंती लाइ कत्तनी है जी बो दिखा बोतल कत्तनियाँ जी थोनू आ लो जी। वाह जी वाह बोतल के बीच सारा कुछ लो जी इन्हें चिंती ला दे लो आ लो लो कैमरे चल रहे हैं बात नहीं करते हजे ना आ लो हजे ना आ लो जी कत्तनी पंजाब की मशहूर चीज़ आ कत्तनी च पईआं रोड़ियां पूणियां दे सप्प बन गए ना कत्तनी च पईआं रोड़ियां धीए चज्ज ना उसण दे तेरे। वाह जी वाह हाँ मैं चल रहा मैं कहना कई बार हाली हाली सब कुछ चल रहा चिंता ना करो थमें। ए देखो जी ए क्या करा जी थमें आप बना वा नहीं जी कुड़ियां दी चीजें ए देखो जी कत्तनी है पंजाब दी मशहूर चीज है। कत्तनी क्या मतलब कत्तनी जी जो चरखा कत्त दी कुड़ियां जी। अच्छा ता इनू है सितारे वाले दे विच जी ए देखो जी चरखे तीलां दी बनी है जी। ए देखो ते दरी टाइप ते बुनी गई है ते देखो किड्डी सजावट है इहदी जी। ये बोतलां जी बोतलां बड़ियां पईआं सारियां तो नहीं दिखाई कढ़िया जांदे समान बोतलों के बीच पाया बाद में बिचे करिया सारा ये उत्तों डाट रहे जी सारी कला जी। अच्छा हाँ जी आ पिंगा झूठ की कुड़ी है जी आ देखो आ देखो जी आ देखो जी ये इनू सतारे वाले जी बस ये बोटे है जी बहुत वधिया जी मारे गोले कहाँ इनू जी। हाँ जी गोले हाँ जी गोले जी गोले भी कहते बाने लोग जी बोटे भी कहते सर गोले भी साढ़े भी सरबी ने सरबी ने मालवे तो सरबी थमें क्या कहा इन्हों। हाँ जी हूँ दसो आप कुछ चीज़ हाँ जी हूँ दसो तो है पर हमें गोले जो रूई गल बने हुए इन्होंने गोले कहते हाँ उधर हम चरखा दिखा दी सुनू चलता चरखा केड़ा उधर ते हम इथो गाना ला दिए बस कोई नहीं बहुत है बहुत है जी वो गाना सुना दे फिर चरखा देख के बाद बंद करें केड़ा गाना है जड़ा वो कह रहे थे गाना नहीं शब्द हो गया था मेरा रुस्से ना हाँ वो लाना जी अभी पहला उधर फोटो बना लिए अपना चरखा बाद च बन जाए कोई चक्कर नहीं आप हो जाएगा मशीन सिलाई वाली मशीन सारी अपनी। हाँ जी एक मैं बोलदा जी घग्गरे बारे मेरे ये स्पैशल मैं चूरन जो बना जी ये मेरे नेड़े इंटरव्यू कर लियो तो लाओ जी मेरा उससे ना बोल दें वो चीज़ बारे हाँ जी तैयार हाँ जी दोस्तों मेरा फोन नंबर भी तुसी देख लिया जी 70-875-78-46 दोबारे फिर नोट कर लो जी फोन नंबर 70-70-875-78-46। एक मैं दोस्तों सानू पता होना जी मैं घग्गरे बड़े बनाना जी घग्गरे विरसा साडा अलोप हो रहा है जी हरेक तरह का घग्गरा मैं बनाना जी किन्ने गज का घग्गरा बनावा थमें 10-20 मीटर तक 30-30 मीटर तक घग्गरे बना देने जी ले जा लोग अजे भी हाँ जी हाँ 10 मीटर का असीं आम बनाउणे जी हुण एक असीं कलियां वाले कमीज ये विरसा जी खत्म हुंदा तुरिया जा रहा घग्गरे बड़े बनाउणा जी मैं ते कलियां वाले कमीज बड़े बनाउणा जी कलियां वाले का बहुत नहीं पता नहीं कलियां वाले कमीज कहे जे कलियां जी 4-8 कलियां पैंदियां सी उहदे विच जी नहीं कोई नमूना पिया हूँ तो सामभ सूंभ पे होने जी पर नहीं होने क्यों लोगों ने बना के असी दे दें जी। एक दोस्त बबासीर होवे असी दवाई फ्री दें
एक असी चूरन देसी किकर तुक्या चार भी तैयार करते हैं। साडे जिहड़े कोई फलियां कहिंदे देसी किकर तुक्या चार भी असी तैयार करते हैं। एक असी चूरन तैयार करते हैं जिवें ढिड दुखदा, कब्जी, गैस, खाधा पीता हाजमी होता, जिवें अफरेमा, बेवादी, बेहाजमा, भुख न लगती हो, तेजाब बनता हो जी। ये असी बहुत सोहनी चीज़ा असी तैयार करते हैं खुद देसी चीज़ा जी। हाँ जी, ये कोई भी साथों ले जाना हो बाबा शहीद दवाई असी फ्री दें जी। तो घग्गरे बड़े बनाने, फोन नंबर दोस्तों 70875786। सुनाओ जी गाना। हलो जी, ये गीत बड़ा मशहूर होया जी, ये दोनों पासे सुनावा जी। जो भैन नानकी आँदी है बगदाद शहर चो, ये रिकॉर्ड श्री गुरु नानक जी बगदाद शहर तो आँदे जी, तो उन्होंने जिवें याद किया जी सुरती लग जाती जी, उस रोड का रिकॉर्ड है। असं लावे दूजा पासा जी, पहले मेरा रुस्से ना कल गया वाला सत जग भवा सारा रुस जी। हेलो सुनो जी। मेरा रुस्से ना निकल गया वाला नी जग भवे सारा रुस जी। आ दोस्तों, जो मैं रिकॉर्ड हूँ दूजा पासा लाने जा रहा, जो तो श्री गुरु नानक देव जी बगदाद शहर में गए से, उतों का दहूद बादशाह होया, तो जो भैन नानकी ने याद किया तो आड खीर पूड़े तैयार हो रहे थे। आ देखो जी हूँ किमें खान गए आके। यह जी गीत ना कट्टो ना, ठीक है? नहीं नहीं, कोई मुद्दा नहीं। बड़ी होर ला दे कोई मन बस बहुत है जी, होर कोई समान तो नहीं रह गया। बस चरखा शीशियां वाला जरूर आ जाओ, उधर शॉट ले लिया मैंने। हाँ जी हाँ जी, आ जाओ आ जाओ, कल चरखे दिखा दो। दिखाओ जी दिखाओ, मी पै रहा मेरे पे। इधर हो जाओ, तुम इधर हो जाओ। अच्छा उरे पे चरखा देना। हाँ जी हाँ जी, वाह जी वाह, ये शीशियां वाला चरखा, ये मूर्तियां भी लगियां इहदे। हाँ जी, पुरानियां तस्वीरां ओमे जिक्र जी, क्या बात, हनुमान जी की तस्वीर है जी, हनुमान जी तस्वीर है, बहुत पुरानी है, 100 साल तो उपर है जी चरखा। अच्छा हाँ जी, इन हूं भी चलाओ फिर बस। आह जी बाण कत्या इस जी चलता जी, ए चलता तो बस ऐ है जी, तकड़ा माल कुछ ला है जी। कई बार बच्चों के बजन का डर हों, माल भी नहीं है पर तकड़ा कुछ नहीं जी, असी हुनी लाई आ, ए हुनी लाही है जी। अच्छा हां बे, 5 मिनट ठहर जो, फिर शुरू कर दे, देख लेंगे। ठीक है चलो, उन्हें पा ला ते कट दे, दिखा देंगे सारा कुछ इस ते। वाह जी वाह, उन्हें पता, दूजा समान दी तस्वीरें ले लो। एक असी देसी किकरां तुक्के ना चार भी बेच देने जी। अच्छा हां, ते चूर चार ना मैं बेच के गुजारा करदा, बाबा शीर जी दे मन जी फ्री दिंदे आ। अच्छा थारे भाई अपनी गिणती दसो माड़ी जी, रीलां किनिया पईआं अंदाजा? रीलां दा कोई गिनती नहीं जी, बहुत हजारां हिसाब नाल ही पईआं जी। दवे किन्ने है? रिकॉर्डां दा कोई पता नहीं जी, अणगिनती आ रिकॉर्ड, कोई हजारां दे हिसाब नाल ही रिकॉर्ड पए जी मेरे कोले, अंत नहीं कोई, कोई अंत नहीं आ। देखो ढेरां दे ढेर पए जी, होर रिकॉर्ड देखो किन्ने पए आ, उधर सामने पिछे बड़े रिकॉर्ड पए जी, लफाफे जे बड़े रिकॉर्ड पा पा रखे पए जी, क्योंकि जगह स्पैशल चाहिए जी, इन्ने कमरे इन्ने वास्ते जी, इन्ना पैसा है नहीं जी, मदद तो सानू किसी पास पास्यों नहीं मिली जी। चलो जी, अज हमें थारे पास आए, बड़ा आनंद आया। हाँ जी हाँ जी, ते बहुत थारा शुक्राना भी थमे एह जा, जे किसी ने मदद करनी है दोस्तों, सानू दस ही दिता मैं। हाँ जी, सारा कुछ आ गया, असी सानू समान बड़ा असी होर भी दिखा सकते हैं, जे साथ तुसी खरीदना भी चाहोगे कोई समान, असी दे भी दिंदे थोड़ा बहुत जी, जे कोई लोड़ पवे तो आके साथों लिजा भी सकते हो तुसी। हाँ जी, कोई बंदा खरीदूगा आप कोई चीज़ा जां कहीं पैसे टके देऊगा जी माड़ा मोटा, असी उन्हां नू होर भी मदद भी कर दिंदे जी, साढ़े समान की समान सब तो जिन्ना मर्जी ले जाने वाले बनो जी। चलो बहुत मेहरबानी। हाँ भी दोस्तों, जिन्होंने भी अब मैं सुनिया मालवे के टिब्बों के बच्चे बठिंडे, तो कितनी दूर है अपना पिंड? बठिंडे तो 14 किलोमीटर है जी। बठिंडे तो 14 किलोमीटर दूर मैते पिंड मैता जी, पिंड मैता जिला बठिंडा जी, साडा पिंड शाहूकारा का पिंड है जी ये। ठीक है जी, पहले लालिया का पिंड, बाणिया का पिंड जी। हाँ जी, ताही मेहता है ना उसका। हाँ जी, ये पहले शाहूकारा का पिंड शाहला मेहता होने ना, ताही मेहता पहले शाहला मेहता भी कहते होंगे, हूँ कला मेहता कह दें, कोई सेठ साढ़े पिंड चले गए जी बहुत जी। सो लै भी बड़ा आनंदमय नज़ारा था, बाहर मीह पै रहा, बदल होया, सो मालवे के बिच है घुद्दे नूं मिलने के बाद पिंड मेहते के बिच, सो जिन्हें ने भी अज रस शहद जिहड़ा इकट्ठा करिया, थारा सारिआं का बहुत शुकराना, ज्यौंदे रहो, रब राखा, थारियां बेलां हरियां रहन, सारिआं नूं सति श्री अकाल। सति श्री अकाल जी।